ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਮੇਂ ਸਮੇਂ 'ਤੇ ਕਿਸਾਨਾਂ ਦੇ ਨਾਲ ਖੜ੍ਹਦੀ ਆਈ ਹੈ। ਖੇਤੀ ਇੱਕ ਅਜਿਹਾ ਲਾਹੇਵੰਦ ਧੰਦਾ ਵੀ ਹੈ ਅਤੇ ਕਿਤੇ ਨਾ ਕਿਤੇ ਕਿਸਾਨਾਂ ਲਈ ਡੋਬੂ ਧੰਦਾ ਵੀ ਸਾਬਤ ਹੋਇਆ ਜਦੋਂ ਕਿਤੇ ਕਿਸਾਨ ਅਣਗਹਿਲੀ ਵਰਤ ਜਾਂਦੇ ਨੇ। ਕਈ ਵਾਰੀ ਕਿਸਾਨਾਂ ਦਾ ਲਾਂਭਾ ਹੁੰਦਾ ਕਿ ਅਸੀਂ ਮਿਹਨਤ ਬਹੁਤ ਕਰਦੇ ਹਾਂ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਗਲ ਦੇ ਵਿੱਚ ਫਾਹਾ ਉਹ ਕਿਸਾਨ ਦੇ ਪੈ ਜਾਂਦਾ। ਕਿਹੜੇ ਕਾਰਨ ਨੇ ਪੰਜਾਬ ਦੀ ਕਿਸਾਨੀ ਕਿਉਂ ਡੁੱਬ ਰਹੀ ਹੈ ਜਦੋਂ ਕਿ ਦੂਸਰੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਦੇ ਲੁਧਿਆਣਾ ਦੇ ਵਿੱਚ ਹੀ ਸਥਿਤ ਹੈ, ਫਿਰ ਵੀ ਅਸੀਂ ਕਿਉਂ ਨਵੀਆਂ ਖੋਜਾਂ ਨਵੀਆਂ ਤਕਨੀਕਾਂ ਹੋਣ ਦੇ ਬਾਵਜੂਦ ਅਜਿਹੇ ਪਾਸੇ ਵੱਲ ਤੁਰ ਰਹੇ ਹਾਂ? ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਪਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹਾਜ਼ਰ ਨੇ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਹਿੰਦੇ ਹੁੰਦੇ ਨੇ ਖੇਤੀ ਖਸਮਾਂ ਸੇਤੀ, ਅਤੇ ਖੇਤੀ ਹੈ ਜਿਹੜੀ ਜੇਕਰ ਆਪ ਧਿਆਨ ਨਾ ਦੇਈਏ ਤਾਂ ਉਹਨਾਂ ਟਾਈਮ ਲਾਹੇਵੰਦ ਧੰਦਾ ਨਹੀਂ ਹੈ। ਕਿਸਾਨੀ ਬੇਸ਼ੱਕ ਹੁਣ ਸਮਾਂ ਬਦਲ ਗਿਆ, ਪਹਿਲਾਂ ਬਲਦਾਂ ਦੇ ਨਾਲ ਖੇਤੀ ਹੁੰਦੀ ਸੀ, ਹੁਣ ਮਸ਼ੀਨਰੀ ਵੀ ਇੰਨੀ ਵੱਧ ਗਈ ਹੈ, ਪਰ ਫਿਰ ਵੀ ਕਿਸਾਨ ਜਿਹੜਾ ਉਹ ਇਹ ਗੱਲ ਕਿਉਂ ਵਾਰ ਵਾਰ ਆਖ ਰਿਹਾ ਕਿ ਮੈਨੂੰ ਜਿਹੜੀ ਉਹ ਆਮਦਨ ਪ੍ਰੋਪਰ ਹੋ ਨਹੀਂ ਰਹੀ ਜਿਹੜੀ ਕਿਸਾਨ ਖੇਤੀ ਦੇ ਵਿੱਚੋਂ ਚਾਹੁੰਦਾ ਹੈ? ਬਿਲਕੁਲ ਸਹੀ ਤੁਸੀਂ ਸਵਾਲ ਪੁੱਛਿਆ ਜੀ ਕਿ ਮੌਜੂਦਾ ਖੇਤੀ ਜਿਹੜੀ ਹੈਗੀ ਹੈ ਮਾਡਰਨ ਖੇਤੀ ਆ, ਸਾਇੰਸ ਦੀ ਖੇਤੀ ਆ, ਅਤੇ ਪੰਜਾਬ ਦੇ ਵਿੱਚ ਖਾਸ ਕਰਕੇ ਬੜੀ ਘਣੀ ਖੇਤੀ ਆ, ਅਸੀਂ ਦੋ ਤੋਂ ਵੱਧ ਫਸਲਾਂ ਲੈਂਦੇ ਹਾਂ। ਪਰ ਮੌਜੂਦਾ ਖੇਤੀ ਦੇ ਵਿੱਚ ਇਹ ਦੇਖਣ 'ਚ ਆਇਆ ਅਤੇ ਕਿਸਾਨ ਮਹਿਸੂਸ ਵੀ ਕਰਦਾ ਕਿ ਜਿਹੜਾ ਮੁਨਾਫਾ ਹੈ, ਪ੍ਰੋਫਿਟ ਆ, ਉਹ ਘੱਟਦਾ ਜਾ ਰਿਹਾ। ਉਹਦਾ ਇਹ ਮੇਨ ਕਾਰਨ ਇਹੀ ਨੇ ਕਿ ਜਿਹੜੀਆਂ ਸਾਡੀਆਂ ਇਨਪੁੱਟਸ ਨੇ, ਚਾਹੇ ਖਾਦ ਆ, ਚਾਹੇ ਫਰਟੀਲਾਈਜ਼ਰ ਆ, ਡੀਜ਼ਲ ਆ, ਉਹਦੀਆਂ ਕੀਮਤਾਂ ਪਿਛਲੇ ਕਾਫੀ ਸਮੇਂ ਤੋਂ ਵੱਧਦੀਆਂ ਆ ਰਹੀਆਂ ਲਗਾਤਾਰ, ਪਰ ਜਿਹੜੇ ਜਿਣਸਾਂ ਦੇ ਭਾਅ ਨੇ ਉਸ ਤਰੀਕੇ ਨਾਲ ਨਹੀਂ ਵਧੇ। ਸੋ ਜਦੋਂ ਤੁਹਾਡਾ ਪ੍ਰੋਫਿਟ ਘੱਟ ਜਾਂਦਾ ਤਾਂ ਕੁਦਰਤੀ ਗੱਲ ਆ ਵੀ ਕੋਈ ਵੀ ਧੰਦਾ ਹੈਗਾ ਜਿਹੜਾ ਲਾਹੇਵੰਦ ਨਹੀਂ ਰਹਿੰਦਾ ਅਤੇ ਮੁਸ਼ਕਲਾਂ ਆਉਂਦੀਆਂ ਨੇ। ਦੂਜਾ ਮੇਨ ਕਾਰਨ ਹੈ ਕਿ ਪੰਜਾਬ ਦੀ ਜਿਹੜੀ ਮੁੱਖ ਖੇਤੀ ਆ ਉਹ ਕਣਕ ਝੋਨੇ ਦੀ ਖੇਤੀ ਹੋ ਕੇ ਰਹਿ ਗਈ ਆ। 85% ਜਿਹੜਾ ਸਾਡਾ ਖੇਤੀਯੋਗ ਰਕਬਾ ਉਹ ਕਣਕ ਥੱਲੇ ਆ, 72-75% ਰਕਬਾ ਜਿਹੜਾ ਹੈਗਾ ਝੋਨੇ ਥੱਲੇ ਆ। ਸੋ ਦੋ ਫਸਲਾਂ ਦਾ ਜਿਹੜਾ ਇਹ ਸੁਮੇਲ ਆ ਉਹਨੇ ਵੀ ਪੰਜਾਬ ਦੀ ਜਿਹੜੀ ਖੇਤੀ ਨੂੰ ਢਾਹ ਲਾਈ ਆ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪਿਛਲੇ 2-3 ਦਹਾਕਿਆਂ ਦੇ ਵਿੱਚੋਂ ਕਣਕ ਦੇ ਝੋਨੇ ਦੀ ਪੈਦਾਵਾਰ ਲਗਾਤਾਰ ਵੱਧਦੀ ਰਹੀ ਆ ਅਤੇ ਕਿਸਾਨਾਂ ਨੇ ਬਹੁਤ ਮੁਨਾਫਾ ਕਮਾਇਆ। ਪਰ ਅੱਜ ਦੇ ਦਿਨ ਦੇ ਵਿੱਚ ਜ਼ਰੂਰ ਖਰਚੇ ਵਧਣ ਦੇ ਕਰਕੇ ਜਿਹੜਾ ਪ੍ਰੋਫਿਟ ਘੱਟ ਗਿਆ, ਹੁਣ ਜ਼ਰੂਰ ਥੋੜ੍ਹਾ ਕਿਸਾਨੀ ਨੂੰ ਮੁਸ਼ਕਲ ਆ ਰਿਹਾ। ਪਰ ਇਹਦੇ ਨਾਲ ਇੱਥੇ ਹੀ ਮੈਂ ਇੱਕ ਹੋਰ ਗੱਲ ਕਹਿਣੀ ਚਾਹੂੰਗਾ ਕਿ ਜੇ ਅੱਜ ਤੋਂ 20-15 ਸਾਲ ਪੁਰਾਣੀ ਗੱਲ ਕਰੀਏ, 30 ਸਾਲ ਪੁਰਾਣੀ ਗੱਲ ਕਰੀਏ, ਸਾਡੇ ਜਿਹੜੀ ਸਾਡਾ ਜਿਹੜਾ ਜੀਵਨ ਰਹਿਣ ਦਾ ਤਰੀਕਾ ਹੈ ਉਹਦੇ ਵਿੱਚ ਵੀ ਬਦਲਾਅ ਆਇਆ। ਸਾਡੇ ਆਪਣੇ ਖਰਚੇ ਵੀ ਵੱਧ ਗਏ ਨੇ, ਅਸੀਂ ਪੜ੍ਹਾਈ ਦਾ ਧਿਆਨ ਰੱਖਦੇ ਹਾਂ, ਬੱਚਿਆਂ ਦੀ ਪੜ੍ਹਾਈ 'ਤੇ ਧਿਆਨ ਕਰਦੇ ਹਾਂ, ਜੇ ਮੈਡੀਕਲ ਰੱਬ ਨਾ ਕਰੇ ਕਦੀ ਜੋ ਜ਼ਰੂਰਤ ਪੈਂਦੀ ਉਹਦੇ ਖਰਚੇ ਬਹੁਤ ਹੁੰਦੇ ਆ। ਪਰ ਉਸ ਤੋਂ ਇਲਾਵਾ ਮੈਂ ਮਾਫ਼ੀ ਚਾਹੂੰਗਾ ਇਹ ਕਹਿਣ ਲਈ ਵੀ ਸਾਡੇ ਸਮਾਜਿਕ ਖਰਚੇ ਵੀ ਅਸੀਂ ਕਾਫ਼ੀ ਵਧਾ ਲਏ, ਚਾਹੇ ਸਾਡੇ ਵਿਆਹ ਨੇ, ਚਾਹੇ ਸਾਡੇ ਭੋਗ ਨੇ, ਚਾਹੇ ਸਾਡੇ ਰਹਿਣ ਸਹਿਣ ਦਾ ਢੰਗ ਤਰੀਕਾ, ਕੱਪੜੇ ਪਾਉਂਦੇ ਹਾਂ, ਮੋਟਰਸਾਈਕਲ ਲੈਂਦੇ ਹੈਗੇ ਬੱਚਿਆਂ ਵਾਸਤੇ, ਮਹਿੰਗੇ ਮੋਬਾਈਲ ਲੈਂਦੇ ਹਾਂ। ਸੋ ਅਸੀਂ ਆਪਣੇ ਖਰਚੇ ਵੀ ਵਧਾ ਲਏ। ਜਦੋਂ ਖਰਚੇ ਵੱਧ ਗਏ ਪ੍ਰੋਫਿਟ ਘੱਟ ਗਿਆ ਤਾਂ ਫਿਰ ਨੈਚੁਰਲੀ ਕੁਦਰਤੀ ਗੱਲ ਆ ਵੀ ਥੋੜ੍ਹੀ ਮੁਸ਼ਕਲ ਮਹਿਸੂਸ ਹੁੰਦੀ ਆ, ਅਤੇ ਜ਼ਿਮੀਂਦਾਰ ਸਾਡੇ ਅਸੀਂ ਸਾਰੇ ਸਮਾਜ ਦੇ ਹਿੱਸੇਦਾਰ ਹਾਂ ਉਹ ਘੁੱਟਿਆ ਮਹਿਸੂਸ ਕਰਦਾ। ਮਾਲ ਸਾਹਿਬ, ਤੁਸੀਂ ਗੱਲ ਕੀਤੀ ਕਿ ਫਸਲੀ ਚੱਕਰ ਹੈ ਜਿਹੜਾ ਕਣਕ ਝੋਨੇ ਦਾ ਉਹ ਕਿਸਾਨ ਨੂੰ ਕਿਤੇ ਨਾ ਕਿਤੇ ਦਿਸ਼ਾਹੀਣ ਕਰ ਰਿਹਾ ਹੈਗਾ, ਪਰ ਜਿਹੜਾ ਉਹ ਝੋਨੇ ਨੇ ਇੱਕ ਹੀ ਨਹੀਂ ਨੁਕਸਾਨ ਕੀਤਾ, ਪੰਜਾਬ ਦਾ ਪਾਣੀ ਵੀ ਉਹਦੇ ਨਾਲ ਬਹੁਤ ਹੇਠਾਂ ਚੱਲਿਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਸ ਬਾਬਤ ਕੀ ਕਰ ਰਹੀ ਹੈ? ਦੇਖੋ, ਤਕਰੀਬਨ 80ਵੀਆਂ ਦੇ ਵਿੱਚ ਯੂਨੀਵਰਸਿਟੀ ਨੇ ਕਹਿਤਾ ਸੀ ਬਈ ਝੋਨੇ ਦਾ ਜਿਸ ਤਰੀਕੇ ਨਾਲ ਰੁਝਾਨ ਵੱਧ ਰਿਹਾ ਹੈ ਆਉਣ ਵਾਲੇ ਟਾਈਮ ਦੇ ਵੀ ਸਾਡੇ ਮੁਸ਼ਕਲਾਂ ਪੈਦਾ ਕਰੂਗਾ, ਕਿਉਂਕਿ 1 ਕਿਲੋ ਚੌਲ ਪੈਦਾ ਕਰਨ ਲਈ 4,000-5,000 ਲੀਟਰ ਪਾਣੀ ਲੱਗਦਾ ਹੈਗਾ, ਅਤੇ ਚੌਲ ਬਹੁਤਾ ਪੰਜਾਬ 'ਚੋਂ ਪੈਦਾ ਹੋ ਕੇ ਬਾਹਰ ਜਾ ਰਿਹਾ ਅਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਜਾ ਰਿਹਾ। ਇਹਦਾ ਮਤਲਬ ਕਿ ਅਸੀਂ ਪਾਣੀ ਹੀ ਕੱਢ ਕੇ ਬਾਹਰ ਭੇਜ ਰਹੇ ਹਾਂ। ਸੋ ਜੌਲ ਸਾਹਿਬ ਨੇ ਇੱਕ ਰਿਪੋਰਟ ਦਿੱਤੀ ਸੀਗੀ 2002 ਦੇ ਵਿੱਚ, ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਜੇ ਪੰਜਾਬ ਨੂੰ ਬਚਾਉਣਾ ਜਾਂ ਪੰਜਾਬ ਦੇ ਪਾਣੀ ਦੇ ਸੋਮੇ ਨੂੰ ਬਚਾਉਣਾ ਤਾਂ ਸਾਡਾ 26 ਲੱਖ ਹੈਕਟੇਅਰ ਤੋਂ ਰਕਬਾ ਘਟਾ ਕੇ ਸਾਨੂੰ 16 ਲੱਖ ਹੈਕਟੇਅਰ 'ਤੇ ਲੈ ਕੇ ਆਉਣਾ ਪਊਗਾ, ਫਿਰ ਸਾਡੇ ਕੋਲ ਉਨਾ ਕੁ ਪਾਣੀ ਦਾ ਸੋਮਾ ਹੈ। ਪਰ ਹੋਇਆ ਕਿ ਮਾਰਕੀਟ ਫੋਰਸਿਸ ਨੇ ਜਿਵੇਂ ਝੋਨੇ ਦੀ ਪੈਦਾਵਾਰ ਚੱਕੀ ਜਾ ਰਹੀ ਆ, ਜੋ ਰੇਟ ਮਿਲ ਰਹੇ ਨੇ ਝੋਨੇ ਦੇ, ਜ਼ਿਮੀਂਦਾਰਾਂ ਨੂੰ ਚੰਗਾ ਚੋਖਾ ਇਹ 'ਚੋਂ ਪ੍ਰੋਫਿਟ ਹੋ ਰਿਹਾ, ਉਹਦੇ ਕਰਕੇ ਸਗੋਂ ਉਹ 26 ਲੱਖ ਤੋਂ 16 ਦੀ ਬਜਾਏ 30 ਲੱਖ ਦੇ ਅਸੀਂ ਜਾ ਕੇ ਪਹੁੰਚ ਗਏ ਹਾਂ। ਸੋ ਝੋਨੇ ਦਾ ਰਕਬਾ ਵੱਧ ਗਿਆ ਤਾਂ ਸਾਨੂੰ ਝੋਨੇ ਦਾ ਬਦਲ ਤਾਂ ਲੱਭਣਾ ਹੀ ਪੈਣਾ ਜੇ ਅਸੀਂ ਪੰਜਾਬ ਦੇ ਸੋਮੇ ਨੂੰ ਬਚਾਉਣਾ। ਸਭ ਤੋਂ ਵੱਧ ਪਾਣੀ ਦੀ ਖਪਤ ਕਰਨ ਵਾਲੀ ਫਸਲ ਆ, ਪਰ ਇਹ ਜ਼ਿਆਦਾ ਦੇਰ ਅਸੀਂ ਇਹਦੇ ਨਾਲ ਚੱਲ ਨਹੀਂ ਸਕਾਂਗੇ, ਸਾਨੂੰ ਝੋਨੇ ਦਾ ਰਕਬਾ ਘਟਾਉਣਾ ਪਊਗਾ। ਯੂਨੀਵਰਸਿਟੀ ਦੁਆਰਾ ਇਹ ਵੀ ਗੱਲ ਆਖੀ ਜਾਂਦੀ ਹੈ ਕਿ ਜਿਹੜਾ ਛੋਟਾ ਕਿਸਾਨ ਆ ਉਹਨੂੰ ਪੈਰਾਂ ਭਾਰ ਹੋਣ ਲਈ ਸਹਾਇਕ ਧੰਦੇ ਅਪਣਾਉਣੇ ਪੈਣਗੇ, ਪਰ ਜੇ ਉਹ ਖੇਤੀ ਦੇ ਨਾਲ ਜੁੜਿਆ ਰਹਿੰਦਾ ਤਾਂ ਖੇਤੀ ਸੰਦ ਮਹਿੰਗੇ ਨੇ, ਕਿਉਂਕਿ ਜਿਹੜੀ ਖੇਤੀ ਹੁਣ ਮੇਰਾ ਖਿਆਲ ਵੱਡੇ ਟੱਕਾਂ ਵਾਲੇ, ਵੱਡੀਆਂ ਜ਼ਮੀਨਾਂ ਵਾਲੇ ਕਿਸਾਨ ਆ ਜਿਹੜੇ ਉਹ ਵੀ ਕਰਜ਼ਈ ਨੇ, ਅਤੇ ਜਿਹੜਾ ਆਮ ਕਿਸਾਨ ਆ ਉਹ ਜਿਹੜਾ ਇਹ ਕਿਵੇਂ ਸਭ ਸੰਭਾਲੇਗਾ? ਜਿਸ ਤਰ੍ਹਾਂ ਮਹਿੰਗੇ ਟਰੈਕਟਰ, ਮਹਿੰਗੀ ਮਸ਼ੀਨਰੀ ਹੈ, ਜੇ ਉਹ ਖੇਤੀ ਕਰਨਾ ਵੀ ਚਾਹੁੰਦਾ ਤਾਂ ਉਹ ਕਿਵੇਂ ਆਪਣੇ ਆਪ ਨੂੰ ਸੰਭਾਲ ਪਾਵੇਗਾ? ਦੇਖੋ, ਤੁਸੀਂ 2 ਸਵਾਲ ਇਕੱਠੇ ਪੁੱਛੇ ਨੇ। ਪਹਿਲੀ ਗੱਲ, ਤੁਸੀਂ ਸਹਾਇਕ ਧੰਦਿਆਂ ਦੀ ਗੱਲ ਕੀਤੀ ਆ, ਦੂਜੀ ਛੋਟੇ ਜ਼ਿਮੀਂਦਾਰ ਅਤੇ ਵੱਡੀ ਮਸ਼ੀਨਰੀ, ਵੱਡਾ ਸਾਮਾਂ ਮਸ਼ੀਨਰੀ ਦਾ, ਉਹਨਾਂ ਦਾ ਮੇਲ ਕਿੱਦਾਂ ਹੋਊਗਾ? ਦੋਨੇ ਪੁਆਇੰਟ ਬੜੇ ਵੈਲਿਡ ਨੇ।
ਪਹਿਲਾ ਜਿਹੜਾ ਸਵਾਲ ਗੱਲ ਤੁਸੀਂ ਕੀਤੀ ਹੈ ਸਹਾਇਕ ਧੰਦਿਆਂ ਦੀ, ਮੈਂ ਸ਼ੁਰੂ 'ਚ ਤੁਹਾਨੂੰ ਕਿਹਾ ਸੀ ਕਿ ਕਣਕ ਝੋਨੇ ਦੇ ਚੱਕਰ 'ਚ ਅਸੀਂ ਫਸੇ ਹਾਂ। ਕਣਕ ਝੋਨੇ ਦੇ ਚੱਕਰ, ਕਣਕ ਦੇ ਝੋਨੇ ਦੀ ਖੇਤੀ ਜਿਹੜੀ ਹੈ ਉਹ ਕਾਫੀ ਸੌਖੀ ਖੇਤੀ ਹੋ ਗਈ ਹੈ ਮਸ਼ੀਨੀਕਰਨ ਕਰਕੇ। ਬਿਜਾਈ ਅਤੇ ਝੋਨੇ ਦੀ ਲਵਾਈ ਚਲੋ ਲੇਬਰ ਕਰਦੀ ਹੈ, ਪਰ ਝੋਨੇ ਦੀ ਲਵਾਈ ਵਾਲੀਆਂ ਮਸ਼ੀਨਾਂ ਵੀ ਹਾਜ਼ਰ ਨੇ, ਪਰ ਵਾਢੀ ਦੇ ਵਿੱਚ ਸਾਨੂੰ ਕੋਈ ਮੁਸ਼ਕਲ ਨਹੀਂ ਆਉਂਦੀ। ਕਣਕ ਆਪਣਾ ਕੰਬਾਈਨਾਂ ਦੇ ਨਾਲ ਵੱਢ ਲੈਂਦੇ ਹਾਂ ਅਤੇ ਸਾਡਾ ਜਿਹੜੀ ਹੈਗੀ ਹੈ ਇਹ ਸਾਡੇ ਜਿਣਸਾਂ ਨੇ ਇਹ ਚੱਕੀਆਂ ਜਾਂਦੀਆਂ ਨੇ ਆਰਾਮ ਨਾਲ ਮੰਡੀ ਦੇ ਵਿੱਚ। ਪਰ ਕਣਕ ਝੋਨੇ ਦੀ ਖੇਤੀ ਦੇ ਵਿੱਚ ਜ਼ਿਮੀਂਦਾਰ ਤਕਰੀਬਨ 25-30 ਦਿਨ ਕੰਮ ਕਰਦਾ ਕੁੱਲ, ਕਿਉਂਕਿ ਮਸ਼ੀਨੀਕਰਨ ਹੈ ਅਤੇ ਬਾਕੀ ਬਹੁਤਾ ਇਹਦੇ 'ਚ ਮਿਹਨਤ ਨਹੀਂ ਹੈ। ਪਰ ਜਿਹੜੇ ਸਹਾਇਕ ਧੰਦੇ ਨੇ, ਸਹਾਇਕ ਧੰਦਿਆਂ ਦਾ ਕੀ ਹੈ, ਜੇ ਅਸੀਂ ਆਪਣੀ ਆਮਦਨ ਦੇ ਵਿੱਚ ਵਾਧਾ ਕਰਨਾ ਹੈ, ਸਾਨੂੰ 365 ਦਿਨ ਹੁੰਦੇ ਆ ਸਾਲ 'ਚ, 365 'ਚ 30 ਨਹੀਂ, ਚਲੋ 365 ਨਾ ਕਰੋ, 340 ਲਾ ਲਓ, 320 ਲਾ ਲਓ, 300 ਦਿਨ ਲਾ ਲਓ, ਜੇ 300 ਦਿਨ ਕੰਮ ਕਰਾਂਗੇ ਤਾਂ ਸਾਨੂੰ 300 ਦਿਨ ਦੀ ਕਮਾਈ ਹੋਊਗੀ। ਉਹਦੇ ਲਈ ਜਿਹੜੇ ਸਹਾਇਕ ਧੰਦੇ ਨੇ ਉਹ ਬੜੇ ਵਾਜਬ ਤਰੀਕੇ ਨਾਲ ਫਿੱਟ ਕੀਤੇ ਜਾ ਸਕਦੇ ਆ। ਮੰਨ ਲਓ ਖੇਤੀ ਅਸੀਂ ਕਰਦੇ ਹਾਂ, ਉਹਦੇ ਨਾਲ ਥੋੜ੍ਹੀ ਖੁੰਭਾਂ ਦੀ ਪੈਦਾਵਾਰ ਕਰ ਲਈਏ, ਉਹਦੇ ਨਾਲ ਅਸੀਂ ਆਪਣੀਆਂ ਮਧੂਮੱਖੀਆਂ ਰੱਖ ਲਈਏ, ਜਾਂ ਅਸੀਂ ਸਬਜ਼ੀਆਂ ਦੀ ਕਾਸ਼ਤ ਕਰ ਲਈਏ, ਮੰਡੀ ਦੇ ਵਿੱਚ ਭਾਅ ਨਹੀਂ ਵੀ ਜਿੰਨੀ ਕੁ ਅਸੀਂ ਆਪਣੇ ਲੈਵਲ 'ਤੇ ਪੱਧਰ 'ਤੇ ਵੇਚ ਸਕਦੇ ਹਾਂ। ਸਬਜ਼ੀਆਂ ਦੀ ਕਾਸ਼ਤ ਆ ਕਿ ਹਰ ਸੀਜ਼ਨ ਸਬਜ਼ੀਆਂ ਦਾ ਬਦਲਦਾ ਰਹਿੰਦਾ, ਇੱਕ ਸਬਜ਼ੀ ਤਿਆਰ ਹੋ ਗਈ ਅਤੇ ਉਹਦੀ ਤਲਾਈ ਚੱਲੇਗੀ, ਦੂਜੀ ਲੱਗ ਜਾਂਦੀ ਆ, ਛੋਟੀਆਂ ਗੁੱਛੀਆਂ ਬਣਾ ਕੇ ਪਾਲਕ ਧਨੀਆਂ ਤੁਸੀਂ ਵੇਚ ਸਕਦੇ ਹੋ। ਉਹ ਤੁਹਾਨੂੰ ਥੋੜ੍ਹੀ ਹਿੰਮਤ ਕਰਨੀ ਪਊਗੀ, ਆਪਣੇ ਆਪ ਨੂੰ ਸਾਰਾ ਸਾਲ ਬਿਜ਼ੀ ਰੱਖਣਾ ਪਊਗਾ। ਉਸੇ ਤਰੀਕੇ ਨਾਲ ਇੱਕ ਕਿੱਲੇ ਦੇ ਉੱਤੇ 4-5 ਡੰਗਰ ਜਿਹੜੇ ਹੈਗੇ ਮੱਝਾਂ ਗਾਵਾਂ ਰੱਖੀਆਂ ਜਾ ਸਕਦੀਆਂ। ਉਹ ਤੁਹਾਨੂੰ 365 ਦਿਨ ਦਾ ਕੰਮ ਆ ਕਿ ਤੁਸੀਂ ਤਿੰਨੇ ਟਾਈਮ ਮੱਝਾਂ ਦੇ ਨਾਲ ਪਾਣੀ ਵੀ ਪਿਲਾਉਣਾ, ਪੱਠੇ ਵੀ ਪਾਉਣੇ ਆ, ਚੋਣਾ ਵੀ ਆ, ਨਹਾਉਣਾ ਵੀ ਆ, ਸਾਰਾ ਕੁਝ ਕਰਨਾ। ਜੇ 365 ਦਿਨ ਕੰਮ ਕਰਨਾ ਪਊਗਾ ਤਾਂ ਸਾਨੂੰ ਪ੍ਰੋਫਿਟ ਵੀ 365 ਦਿਨ ਦਾ ਹੋਊਗਾ। ਸੋ ਸਹਾਇਕ ਧੰਦੇ ਬਹੁਤ ਸਹਾਈ ਹੋ ਸਕਦੇ ਆ। ਔਰ ਹਰ ਕਿਸਾਨ ਐਸੇ ਧੰਦੇ ਆ ਕਿ ਮਧੂਮੱਖੀਆਂ ਦੀ ਮੈਂ ਗੱਲ ਕੀਤੀ ਆ, ਤੁਸੀਂ ਇੱਕ ਬਕਸੇ ਤੋਂ ਸ਼ੁਰੂ ਕਰ ਲਓ, ਵਧਾਉਂਦੇ ਜਾਓ, ਕੁਛ ਥੋੜ੍ਹੀਆਂ ਮੁਰਗੀਆਂ ਪਾ ਲਓ, ਜਿੰਨੀ ਕੁ ਪਿੰਡ ਦੇ ਵਿੱਚ ਖਪਤ ਹੋ ਸਕਦੀ ਆਂਡਿਆਂ ਦੀ ਉੰਨੀਆਂ ਕੁ ਕਰ ਲਓ। ਸੋ ਸਹਾਇਕ ਧੰਦੇ ਆਪਣੀ ਲੋੜ ਮੁਤਾਬਕ ਅਤੇ ਕਿੱਦੇ ਤੁਸੀਂ ਕਿੱਦਾਂ ਵੇਚਣੇ ਆ ਇਹ ਤੁਸੀਂ ਅਪਣਾ ਸਕਦੇ ਹੈ। ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ ਕਿਸਾਨ ਜਿਹੜਾ ਉਹ ਸਹਾਇਕ ਧੰਦੇ ਅਪਣਾ ਸਕਦਾ, ਜੇ ਛੋਟਾ ਕਿਸਾਨ ਖੇਤੀ ਦੇ ਨਾਲ ਇਸੇ ਤਰ੍ਹਾਂ ਜੁੜਿਆ ਰਹਿਣਾ ਚਾਹੁੰਦਾ ਤਾਂ ਉਹਦੇ ਖਰਚੇ ਆ ਜਿਹੜੇ, ਜੇ ਆਪਾਂ ਉਹਨਾਂ ਨੂੰ ਕੰਟਰੋਲ ਕਰਨ ਦੀ ਗੱਲ ਆਖੀਏ, ਕਿਉਂਕਿ ਕਿਸਾਨਾਂ ਨੇ ਵੀ ਕਈ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਫਸਾਇਆ ਹੋਇਆ। ਜਿਸ ਤਰ੍ਹਾਂ ਹੁਣ ਆਮ ਪਿੰਡਾਂ ਦੇ ਵਿੱਚ ਵੇਖਦੇ ਹਾਂ ਕਿ ਜ਼ਮੀਨਾਂ ਜਿਹੜੀਆਂ ਠੇਕੇ 'ਤੇ ਬਹੁਤ ਜ਼ਿਆਦਾ ਚੜ੍ਹ ਜਾਂਦੀਆਂ, ਹਾਲਾਂਕਿ ਬਹੁਤੇ ਕਿਸਾਨ ਇਹ ਕਹਿੰਦੇ ਨੇ ਅਸੀਂ ਇੱਕ ਫਸਲ ਬਚਾ ਲਈ ਅਤੇ ਦੂਸਰੀ ਸਾਡੀ ਸਾਰੀ ਖਰਚਿਆਂ 'ਤੇ ਲੱਗ ਗਈ, ਇਸ ਤੋਂ ਕਿਵੇਂ ਨਜਾਤ ਪਾਈ ਜਾ ਸਕਦੀ? ਦੇਖੋ, ਖਰਚੇ ਘਟਾਉਣ ਦੇ ਤਾਂ ਬਹੁਤ ਪਹਿਲੂ ਨੇ। ਸਭ ਤੋਂ ਵੱਡੀ ਗੱਲ, ਅੱਜ ਮਸ਼ੀਨੀ ਤੋਂ ਬਿਨਾਂ ਖੇਤੀ ਹੋ ਸਕਦੀ, ਲੇਬਰ ਘੱਟ ਹੋ ਗਈ, ਲੇਬਰ ਮਹਿੰਗੀ ਵੀ ਹੈ, ਲੇਬਰ ਸਮੇਂ 'ਤੇ ਮਿਲਦੀ ਨਹੀਂ। ਮਸ਼ੀਨੀਕਰਨ ਜਿਹੜਾ ਹੈਗਾ ਛੋਟੇ ਕਿਸਾਨ 'ਤੇ ਬਹੁਤ ਭਾਰੂ ਆ। ਜੇ 5 ਏਕੜ ਵਾਲੇ ਨੇ, 7 ਏਕੜ ਵਾਲੇ, ਈਵਨ 10 ਏਕੜ ਵਾਲੇ ਕਿਸਾਨ ਨੇ ਜੇ ਟਰੈਕਟਰ ਰੱਖਿਆ ਹੋਇਆ ਤਾਂ ਉਹਦਾ ਮਸ਼ੀਨਰੀ ਦਾ ਖਰਚਾ ਬਹੁਤ ਹੁੰਦਾ, ਤਾਂ ਉਹਨਾਂ ਨੂੰ ਚਾਹੀਦਾ ਕਿ ਉਹ ਕਿਰਾਏ 'ਤੇ ਮਸ਼ੀਨਾਂ ਵਾਲੇ ਪਾਸੇ ਆਪਣੇ ਆਪ ਨੂੰ ਲੈ ਕੇ ਜਾਣ। ਕਿਰਾਏ 'ਤੇ ਮਸ਼ੀਨਰੀ ਮਿਲ ਜਾਂਦੀ ਆ, ਉਦਾਹਰਣਾਂ ਆਪਣੇ ਕੋਲ ਮੌਜੂਦ ਨੇ, ਕੰਬਾਈਨਾਂ ਅਸੀਂ ਸਾਰੀਆਂ ਕਿਰਾਏ 'ਤੇ ਚਲਾਉਂਦੇ ਹਾਂ, ਥਰੈਸ਼ਰ ਅਸੀਂ ਕਿਰਾਏ 'ਤੇ ਚਲਾਉਂਦੇ ਹਾਂ, ਲੇਜ਼ਰ ਲੈਵਲ ਅਸੀਂ ਕਿਰਾਏ 'ਤੇ ਚਲਾਉਂਦੇ ਹਾਂ, ਸਿਰਫ ਜੇ ਵਾਹੀ ਲਈ ਟਰੈਕਟਰ ਰੱਖੇ ਹੋਏ ਆ, ਅਤੇ ਉਦੋਂ ਜੇ ਅਸੀਂ ਟਰੈਕਟਰ ਤੋਂ ਛੁਟਕਾਰਾ ਪਾ ਲਈਏ ਅਤੇ ਅਸੀਂ ਦੂਜੇ ਕਿਸੇ ਕਿਸਾਨ ਤੋਂ, ਜਾਂ ਜੇ ਕਿਰਾਏ 'ਤੇ ਨਹੀਂ ਕਰਨਾ ਚਾਹੁੰਦੇ ਤੁਸੀਂ, 5 ਕਿਸਾਨ 4 ਕਿਸਾਨ ਇਕੱਠੇ ਹੋ ਜਾਓ, ਜਾਂ ਪਿੰਡ ਦੀ ਸੁਸਾਇਟੀ ਆ ਉਹਦੇ 'ਚ ਮਸ਼ੀਨਰੀ ਲੈ ਕੇ ਸਾਂਝੇ ਤੌਰ 'ਤੇ ਵਰਤੋ, ਉਹਦਾ ਥੋੜ੍ਹਾ ਟਰੈਕਟਰਾਂ ਦਾ ਖਰਚਾ, ਮਸ਼ੀਨਰੀ ਦਾ ਖਰਚਾ ਬਹੁਤ ਘੱਟ ਜੂਗਾ। ਉਸ ਤੋਂ ਇਲਾਵਾ ਜਿਹੜੀਆਂ ਸਿਫਾਰਸ਼ ਕੀਤੀਆਂ ਕਿਸਮਾਂ ਨੇ ਉਹ ਬੀਜੋ, ਉਹਨਾਂ ਦੀ ਪੈਦਾਵਾਰ ਦੇ ਜਿਹੜੇ ਢੰਗ ਤਰੀਕੇ ਸਿਫਾਰਸ਼ ਕੀਤੇ ਜਾਂਦੇ ਆ, ਦੱਸੇ ਜਾਂਦੇ ਆ ਕਿਹੜੀ ਖਾਦ ਪਾਉਣੀ ਹੈ, ਕਦੋਂ ਪਾਉਣੀ ਹੈ। ਹੁਣ ਇੱਕ ਉਦਾਹਰਨ ਦੇ ਤੌਰ 'ਤੇ ਅਸੀਂ ਸਿਫਾਰਸ਼ ਕਰਦੇ ਹਾਂ ਕਿ ਨੀਮ ਕੋਟਡ ਯੂਰੀਆ ਹੀ ਪਾਉਣਾ ਚਾਹੀਦਾ। ਨੀਮ ਕੋਟਡ ਯੂਰੀਆ ਦੀ ਸਾਡੀ ਐਤਕੀ ਸਿਫਾਰਸ਼ ਆਈ ਆ ਕਿ ਤੁਸੀਂ 110 ਕਿਲੋ ਦੀ ਬਜਾਏ 90 ਕਿਲੋ ਯੂਰੀਆ ਪਾ ਸਕਦੇ ਆ, ਉਹਦੇ ਉੱਨੀ ਪੈਦਾਵਾਰ ਹੁੰਦੀ ਆ, ਤੁਹਾਡਾ 20 ਕਿਲੋ ਯੂਰੀਆ ਪਰ ਏਕੜ ਬਚ ਗਿਆ। ਉਸ ਤੋਂ ਕੀੜੇ ਮਕੌੜਿਆਂ ਦੀ ਜਾਂ ਬਿਮਾਰੀਆਂ ਦੀ ਰੋਕਥਾਮ ਲਈ ਸਪਰੇਅ ਕਰਦੇ ਹਾਂ, ਜ਼ਹਿਰਾਂ ਦਾ ਛਿੜਕਾਅ ਕਰਨਾ ਪੈਂਦਾ। ਇਹ ਨਹੀਂ ਕਿ ਸਾਨੂੰ ਕੀੜਾ ਦਿਖਿਆ ਨਹੀਂ ਅਸੀਂ ਸਪਰੇਅ ਢੋਲੀ ਚੁੱਕ ਲਈਏ, ਸਾਰੇ ਖੇਤ ਸਪਰੇਅ ਕਰਦੇ, ਨਾ ਬਿਲਕੁਲ ਨਹੀਂ। ਉਹਦੇ ਲਈ ਸਾਡੀਆਂ ਸਿਫਾਰਸ਼ਾਂ, ਇੱਕ ਪੱਤੇ ਦੇ ਉੱਤੇ ਜਾਂ ਇੱਕ ਟਾਹਣੀ ਦੇ ਉੱਤੇ, ਇੱਕ ਬੂਟੇ ਦੇ ਉੱਤੇ ਜੇ ਇੰਨੇ ਤੋਂ ਵੱਧ ਕੀੜੇ ਆ ਤਾਂ ਉਹ ਨੁਕਸਾਨ ਕਰਨਗੇ, ਹੁਣ ਸਪਰੇਅ ਕਰਨੀ ਆ। ਇਹ ਨਹੀਂ ਵੀ ਕੀੜਾ ਦੇਖਿਆ ਸਪਰੇਅ ਕਰ ਦਿਉ, ਸੋ ਸਿਫਾਰਸ਼ਾਂ ਪੜ੍ਹੋ, ਉਹਦੇ ਮੁਤਾਬਕ ਚੱਲੋ। ਦੂਜਾ, ਕਈ ਵਾਰੀ ਬਿਮਾਰੀਆਂ ਕੀੜੇ ਧੌੜੀਆਂ ਦੇ ਵਿੱਚ ਹਮਲਾ ਕਰਦੇ ਆ, ਤੁਸੀਂ ਉਨੇ ਕੁ ਥਾਂ ਦੇ ਉੱਤੇ ਸਪਰੇਅ ਕਰਕੇ, ਹਾਂ ਜੇ ਤੁਸੀਂ ਰੋਜ਼ ਖੇਤ ਜਾਂਦੇ ਹੋ, ਤੁਸੀਂ ਗੱਲ ਕੀਤੀ ਸੀ ਖੇਤੀ ਖਸਮਾਂ ਸੇਤੀ, ਜੇ ਰੋਜ਼ ਗੇੜਾ ਮਾਰਦੇ ਹੋ, ਤੁਸੀਂ ਫਸਲਾਂ ਨਾਲ ਗੱਲ ਕਰਦੇ ਹੋ, ਫਸਲਾਂ ਦੀ ਆਵਾਜ਼ ਸੁਣਦੇ ਹੋ, ਤੁਸੀਂ ਦੇਖ ਲਓਗੇ ਕਿ ਇੱਥੇ ਕੋਈ ਕੀੜਾ ਆ ਗਿਆ, ਇੱਥੇ ਕੋਈ ਬਿਮਾਰੀ ਆ ਗਈ। ਜੇ ਤਾਂ ਥੋੜ੍ਹੀ ਬਹੁਤ ਚੀਜ਼ਾਂ ਭਾਵੇਂ ਤੁਸੀਂ ਮਕੈਨੀਕਲ ਤਰੀਕੇ ਨਾਲ ਹੱਥ ਨਾਲ ਝਾੜ ਕੇ ਕਿਸੇ ਤਰੀਕੇ ਨਾਲ ਖਤਮ ਕਰ ਸਕਦੇ ਹਾਂ, ਜੇ ਸਪਰੇਅ ਕਰਨੀ ਪੈਂਦੀ ਆ ਤਾਂ ਉਨੇ ਕੁ ਥਾਂ 'ਤੇ ਸਪਰੇਅ ਕਰ ਦਿਉ, ਥੋੜ੍ਹੇ ਥਾਂ 'ਤੇ ਸਪਰੇਅ ਕਰ ਦਿਉ, ਕੰਮ ਵੀ ਘੱਟਦਾ, ਦਵਾਈ ਵੀ ਘੱਟ ਲੱਗੂਗੀ। ਸੋ ਇਹਨਾਂ ਢੰਗ ਤਰੀਕਿਆਂ ਨਾਲ ਜੇ ਕਿਤਾਬਾਂ ਪੜ੍ਹ ਕੇ ਯੂਨੀਵਰਸਿਟੀਆਂ ਸਿਫਾਰਸ਼ਾਂ ਮੁਤਾਬਕ ਅਸੀਂ ਖੇਤੀ ਕਰੀਏ ਤਾਂ ਖਰਚੇ ਅਸੀਂ ਕਾਫੀ ਹੱਦ ਤੱਕ ਘਟਾ ਸਕਦੇ ਹਾਂ। ਖਾਦਾਂ ਦੀ ਵਰਤੋਂ, ਨਦੀਨ ਨਾਸ਼ਕਾਂ ਦੀ ਵਰਤੋਂ ਲੋੜ ਤੋਂ ਵੱਧ ਹੋ ਰਹੀ ਆ, ਅਤੇ ਇੱਕ ਡਾਲਾਂ ਦੇ ਖਰਚੇ ਆਪਣੇ ਆਪ ਘਟ ਜਾਣ। ਇਹ ਇਸੇ ਗੱਲ 'ਤੇ ਰਖ ਸਾਹਿਬ ਆਉਣਾ ਚਾਹੁੰਦਾ ਸੀ ਕਿ ਤੁਸੀਂ ਗੱਲ ਕੀਤੀ ਹੈ ਖਾਦਾਂ ਦੀ ਵਰਤੋਂ ਅਤੇ ਨਦੀਨਾਸ਼ਕਾਂ ਦੀ ਵਰਤੋਂ ਲੋੜ ਤੋਂ ਵੱਧ ਹੋ ਰਹੀ ਹੈ, ਕੀ ਜਿਹੜੀ ਜੈਵਿਕ ਖੇਤੀ ਹੈ ਜਾਂ
ਬਣਦਾ ਮੁੱਲ ਮਿਲ ਸਕਦਾ, ਕਿਉਂਕਿ ਜੈਵਿਕ ਖੇਤੀ ਦੇ ਵਿੱਚ ਓਨਾ ਝਾੜ ਕੱਢਣਾ ਮੁਸ਼ਕਲ ਆ ਜਿੰਨਾ ਰਸਾਇਣਿਕ ਖੇਤੀ ਨਾਲ ਨਿਕਲ ਰਿਹਾ। ਜਦੋਂ ਝਾੜ ਘੱਟ ਜਾਂਦਾ ਤਾਂ ਉਹਦਾ ਮੁੱਲ ਜੇ ਉਹੀ ਰਹੇ ਫਿਰ ਤਾਂ ਪ੍ਰੋਫਿਟ ਰਹਿਣਾ ਨਹੀਂ ਗਾ, ਫਿਰ ਤਾਂ ਮੁਨਾਫਾ ਬਣਨਾ ਨਹੀਂ। ਜੈਵਿਕ ਖੇਤੀ ਦਾ ਮੁੱਲ ਵੱਧ ਮਿਲਣਾ ਚਾਹੀਦਾ। ਸੋ ਜਿੱਥੇ ਤੁਹਾਡਾ ਵਿਸ਼ਵਾਸ ਬਣਦਾ, ਜਿੱਥੇ ਕੋਈ ਤੁਹਾਨੂੰ, ਤੁਸੀਂ ਪਹਿਲਾਂ ਆਪਣੇ ਗਾਹਕ ਲੱਭ ਲਓ, ਟਾਰਗੇਟ ਚੁਣੋ ਕਿ ਅਸੀਂ ਉਹ ਸਬਜ਼ੀ ਆ ਜੇ ਜ਼ਹਿਰ ਰਹਿਤਾ ਉਹ ਕਿਹਨੂੰ ਵੇਚਣੀ ਹੈਗੀ ਆ। ਉਹਨਾਂ ਨੂੰ ਦੱਸੋ ਕਿ ਬਾਜ਼ਾਰ ਦੀ ਸਬਜ਼ੀ ਜੇ ਕੋਈ 25 ਰੁਪਏ ਕਿਲੋ ਆ ਤਾਂ ਇਹ ਤੁਹਾਨੂੰ 40 ਰੁਪਏ, 50 ਰੁਪਏ, 70 ਰੁਪਏ ਮਿਲੂਗੀ, ਪਰ ਇਹ ਗਰੰਟੀ ਹੈ ਕਿ ਜ਼ਹਿਰ ਰਹਿਤਾ, ਜ਼ਹਿਰੀ ਖਾਦਾਂ ਦੀ ਵਰਤੋਂ ਨਹੀਂ ਹੋਈ। ਸੋ ਜੈਵਿਕ ਖੇਤੀ ਦੇ ਵਿੱਚ ਓਨੇ ਝਾੜ ਪ੍ਰਾਪਤ ਨਹੀਂ ਕੀਤੇ ਜਾ ਸਕਦੇ, ਪਰ ਜੇ ਕਿਸੇ ਕਿਸਾਨ ਨੂੰ ਉਹ ਤੋਂ ਵੱਧ ਪੈਸੇ ਕਮਾ ਸਕਦਾ ਤਾਂ ਉਹਨੂੰ ਜ਼ਰੂਰ ਫਾਇਦਾ ਲੈਣਾ ਚਾਹੀਦਾ ਇਸ ਗੱਲ ਦਾ। ਪਰ ਜੇ ਆਪਾਂ ਕਹੀਏ ਵੀ ਸਾਰਾ ਰਕਬਾ ਜੈਵਿਕ ਖੇਤੀ ਹੇਠ ਆਜੂਗਾ, ਉਹ ਨਹੀਂ ਹੋਣਾ, ਉਹਦੇ ਨਾਲ ਸਾਰਾ ਢਿੱਡ ਨਹੀਂ ਭਰਿਆ ਜਾ ਸਕਦਾ। ਸੋ ਜੈਵਿਕ ਖੇਤੀ ਥੋੜ੍ਹੇ ਰਕਬੇ 'ਚ ਕੀਤੀ ਜਾ ਸਕਦੀ ਹੈ, ਅਤੇ ਜਿਹੜੇ ਲੋਕ ਜੈਵਿਕ ਖੇਤੀ ਦਾ ਮੁੱਲ ਦੇਣ ਨੂੰ ਤਿਆਰ ਨੇ ਉਹ ਵੀ ਉਸਨੂੰ ਖਰੀਦਣਗੇ ਤਾਂ ਉਹਦਾ ਮੁੱਲ ਵੱਧ ਹੋਊਗਾ, ਤਾਂ ਉਹ ਕਾਮਯਾਬ ਹੋ ਸਕਦੀ ਆ। ਤੁਸੀਂ ਨਿਰਦੇਸ਼ਕ ਪਸਾਰ ਸਿੱਖਿਆ ਉਹ, ਅਤੇ ਤੁਸੀਂ ਇੱਕ ਚੀਜ਼ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਜਿਸ ਤਰ੍ਹਾਂ ਖੇਤੀ ਦੇ ਨਾਲ ਜੁੜ ਰਹੇ ਆ ਕਿਸਾਨ, ਜਿਹੜਾ ਪੰਜਾਬ ਦਾ ਜ਼ਿਆਦਾਤਰ ਹਿੱਸਾ ਉਹ ਖੇਤੀ ਨਾਲ ਜੁੜਿਆ ਹੋਇਆ, ਮੁੱਖ ਰੂਪ ਦੇ ਵਿੱਚ ਸਾਡਾ ਕਿੱਤਾ ਖੇਤੀ ਹੈ। ਪੰਜਾਬ ਦੇ ਬੱਚੇ ਆ ਜਿਹੜੇ ਉਹ ਪੜ੍ਹਨ ਲਈ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤੀ ਨਾਲ ਸੰਬੰਧਿਤ ਸਿੱਖਿਆ ਦੇ ਰਹੀ ਹੈ, ਕਿਸਾਨਾਂ ਦੇ ਬੱਚਿਆਂ ਨੂੰ, ਖਾਸ ਕਰਕੇ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਉਹ ਵਧੀਆ ਤਰੀਕੇ ਨਾਲ ਖੇਤੀ ਕਰ ਸਕਣ, ਯੂਨੀਵਰਸਿਟੀ ਨਾਲ ਉਹਨਾਂ ਦੇ ਬੱਚੇ ਕਿਵੇਂ ਜੁੜ ਸਕਦੇ? ਦੇਖੋ, ਪਹਿਲੀ ਤਾਂ ਹੈ, ਤੁਸੀਂ ਗੱਲ ਕੀਤੀ ਆ ਕਿ ਪੜ੍ਹਾਈ ਦੀ, ਬੇਸਿਕ ਜਿਹੜੀ ਪੜ੍ਹਾਈ ਹੈ 10ਵੀਂ ਤੱਕ ਦੀ ਜਾਂ ਪਲੱਸ ਟੂ ਤੱਕ ਦੀ, ਉਹ ਤਾਂ ਕੋਮਨ ਹੈਗੀ ਆ, ਉਹ ਤੁਸੀਂ ਆਪਣੇ ਪਿੰਡ ਦੇ ਸਕੂਲ 'ਚ, ਆਪਣੇ ਨੇੜੇ ਦੇ ਸ਼ਹਿਰ ਦੇ ਵਿੱਚ ਕਰ ਸਕਦੇ ਹੈਗੇ ਆ, ਕਰਨੀ ਚਾਹੀਦੀ ਆ, ਪੜ੍ਹਨਾ ਬਹੁਤ ਜ਼ਰੂਰੀ ਆ, ਪੜ੍ਹਨ ਤੋਂ ਬਿਨਾਂ ਤਾਂ ਸਾਨੂੰ ਜਾਗ੍ਰਿਤੀ ਆਉਂਦੀ ਨਹੀਂ ਹੈਗੀ। ਸੋ ਬੱਚਿਆਂ ਨੂੰ ਆਪਣੇ ਪੜ੍ਹਾਓ, ਬੱਚਿਆਂ ਨੂੰ ਜਿਹੜਾ ਵੀ ਤੁਹਾਡਾ ਵਧੀਆ ਸਕੂਲ ਨੇੜੇ ਤੁਹਾਡੇ ਇਲਾਕੇ 'ਚ ਹੈ ਉੱਥੇ ਪੜ੍ਹਾਓ। ਪਲੱਸ ਟੂ ਤੋਂ ਬਾਅਦ ਜੇਕਰ ਸਾਇੰਸ ਦੇ ਨਾਲ ਪਲੱਸ ਟੂ ਕੀਤੀ ਹੋਈ ਆ, ਚਾਹੇ ਮੈਥੇਮੈਟਿਕਸ ਦੇ ਨਾਲ ਕੀਤੀ ਆ ਅਤੇ ਚਾਹੇ ਉਹਨਾਂ ਨੇ ਬਾਇਓਲੋਜੀ ਦੇ ਨਾਲ ਕੀਤੀ ਆ, ਉਹਨਾਂ ਲਈ PAU ਦੇ ਵਿੱਚ ਬਹੁਤ ਤਰ੍ਹਾਂ ਦੇ ਕੋਰਸ ਹੈਗੇ ਨੇ। ਉੱਥੇ 4 ਕਾਲਜ ਨੇ, ਉਹਦੇ ਵਿੱਚ ਖੇਤੀਬਾੜੀ BSc ਐਗਰੀਕਲਚਰ ਹੁੰਦੀ ਆ, ਐਗਰੀਕਲਚਰ ਇੰਜੀਨੀਅਰਿੰਗ ਦੀ ਡਿਗਰੀ ਹੁੰਦੀ ਹੈਗੀ ਆ, ਹੋਮ ਸਾਇੰਸ ਕਾਲਜ ਹੈਗਾ ਲੜਕੀਆਂ ਵਾਸਤੇ, ਹੋਮ ਸਾਇੰਸ ਦੀ ਡਿਗਰੀ ਹੈ। ਉਸ ਤਰੀਕੇ ਨਾਲ ਫਿਰ MSc PhD ਦੇ ਬਹੁਤ ਪ੍ਰੋਗਰਾਮ ਨੇ, ਅਤੇ PAU 'ਚ ਲਗਭਗ 4000 ਸਟੂਡੈਂਟ ਪੜ੍ਹਦਾ ਹੈਗਾ। ਤਾਂ ਜੇ ਤੁਸੀਂ, ਹਾਂ, ਐਡਮਿਸ਼ਨ ਥੋੜ੍ਹਾ ਮੁਸ਼ਕਲ ਹੁੰਦਾ ਕਿਉਂਕਿ ਕੰਪੀਟੀਸ਼ਨ ਦਾ ਜ਼ਮਾਨਾ ਹੈ, ਤੁਸੀਂ 10ਵੀਂ ਤੋਂ ਹੀ ਆਪਣੇ ਬੱਚੇ ਨੂੰ ਉਸ ਤਰੀਕੇ ਨਾਲ ਪੜ੍ਹਾਓ, ਉਹ ਸਾਡੀ ਸਲਾਹ ਲਓ, ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਕਿ ਜੇ ਤੁਸੀਂ ਖੇਤੀਬਾੜੀ ਯੂਨੀਵਰਸਿਟੀ ਪੜ੍ਹਨਾ ਚਾਹੁੰਦੇ ਹਾਂ ਤਾਂ ਜਿਹੜਾ ਬੱਚਾ ਕੋਈ ਯੂਨੀਵਰਸਿਟੀ ਪੜ੍ਹਦਾ 4 ਸਾਲਾਂ ਦੇ ਬਹੁਤੇ ਕੋਰਸ ਨੇ, ਤਾਂ ਉਹਦੇ ਨਾਲ ਉਹ ਜ਼ਰੂਰ ਜਿੱਥੇ ਨੌਕਰੀਆਂ ਮਿਲ ਸਕਦੀਆਂ ਨੇ, ਵਿਦੇਸ਼ ਜਾਣ ਦੇ ਚਾਂਸ ਵੱਧ ਸਕਦੇ ਆ, ਕੋਈ ਬਿਜ਼ਨਸ ਕਰਨ ਲਈ ਜਿਹੜੀ ਹੈਗੀ ਆ ਉਹ ਸਮਝ ਆ ਸਕਦੀ ਆ, ਆਪਣੇ ਜੀਵਨ ਜਾਂਚ ਦੀ ਸਮਝ ਆ ਸਕਦੀ ਆ। ਸੋ ਬੱਚਿਆਂ ਨੂੰ ਜ਼ਰੂਰ ਬਣਾਉਣਾ ਚਾਹੀਦਾ, ਖੇਤੀਬਾੜੀ ਯੂਨੀਵਰਸਿਟੀ ਨਾਲ ਜੋੜੋ, ਤਾਂ ਬਾਕੀ ਉੱਥੇ ਜਦੋਂ ਬੱਚਾ ਪੜ੍ਹਦਾ ਫਿਰ ਉਹਨੂੰ ਹੋਰ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਤੁਰਨ ਲਈ ਬਹੁਤ ਰਸਤੇ ਦਿਸਣ ਲੱਗ ਜਾਂਦੇ ਆ। ਤਾਂ ਇਹ ਪਹਿਲਾ ਰਸਤਾ ਹੈ ਖੇਤੀਬਾੜੀ ਯੂਨੀਵਰਸਿਟੀ ਪਹੁੰਚਣ ਦਾ, ਉੱਥੋਂ ਫਿਰ ਸੜਕਾਂ ਬਹੁਤ ਨਿਕਲਦੀਆਂ, ਤੁਸੀਂ ਕਿਸੇ ਪਾਸੇ ਜਾ ਸਕਦੇ ਹੋ। ਡਾਕਟਰ ਸਾਹਿਬ, ਪੰਜਾਬ ਦੇ ਕਿਸਾਨਾਂ ਨੂੰ ਇੱਕ ਹੋਰ ਬੜੀ ਵੱਡੀ ਸਮੱਸਿਆ ਸਾਹਮਣਾ ਕਰਨਾ ਪੈਂਦਾ, ਸਰਕਾਰ ਨੂੰ ਵੀ ਜਿਹੜੇ ਕਾਨੂੰਨ ਦੇ ਵਿੱਚ ਸਖਤੀ ਲਿਆਉਣੀ ਪਈ ਹੈ, ਉਹ ਹੈ ਝੋਨੇ ਦੀ ਜਿਹੜੀ ਪਰਾਲੀ ਨਾੜ ਨੂੰ ਅੱਗ ਲਾਉਣ ਦੀ ਸਮੱਸਿਆ, ਜਿਹਦੇ ਨਾਲ ਸਾਡੇ ਵਾਤਾਵਰਨ ਦੇ ਵਿੱਚ ਵੀ ਬੜੀ ਸਮੱਸਿਆ ਆਉਂਦੀ ਹੈ ਸਾਨੂੰ, ਉਹਦੇ ਤੋਂ ਕਿਵੇਂ ਨਜਾਤ ਪਾਈ ਜਾ ਸਕਦੀ ਹੈ, ਕੀ ਕੋਈ ਇਹਦਾ ਸਾਰਥਕ ਹੱਲ ਹੈ? ਜਿਸ ਤਰ੍ਹਾਂ ਇੱਕ ਪਰਾਲੀ ਇਕੱਠੀ ਕਰਨ ਦਾ ਸੀਗਾ, ਉਹਦੇ ਵਿੱਚ ਵੀ ਮੇਰਾ ਖਿਆਲ ਜ਼ਿਆਦਾ ਕਾਮਯਾਬੀ ਕਿਸਾਨਾਂ ਨੂੰ ਨਹੀਂ ਮਿਲੀ, ਕਿਉਂਕਿ ਜਿੱਥੇ ਮਸ਼ੀਨਾਂ ਸੀਗੀਆਂ ਉੱਥੇ ਤਾਂ ਉਹ ਚੀਜ਼ ਹੋਈ, ਪਰ ਜ਼ਿਆਦਾਤਰ ਦੂਰ ਦੁਰਾਡੇ ਕਿਸਾਨਾਂ ਤੱਕ ਉਹ ਚੀਜ਼ ਨਹੀਂ ਪਹੁੰਚੀ। ਗੱਲ ਇਹ ਹੈਗੀ ਆ ਕਿ ਪਿਛਲੇ 15 ਸਾਲਾਂ ਤੋਂ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਪਾਸੇ ਖੋਜਾਂ ਦਾ ਕੰਮ ਆਰੰਭਿਆ ਸੀਗਾ, ਤਾਂ ਇਸ ਟਾਈਮ 3 ਤਰ੍ਹਾਂ ਦੇ ਹੱਲ ਸਾਡੇ ਕੋਲ ਉਪਲਬਧ ਨੇ, 3 ਤਰੀਕੇ ਜਿਨ੍ਹਾਂ ਨਾਲ ਪਰਾਲੀ ਨਜਿੱਠੀ ਜਾ ਸਕਦੀ ਆ। ਪਹਿਲਾਂ ਤਾਂ ਹੈ ਕਿ ਪਰਾਲੀ ਨੂੰ ਖੇਤ ਦੇ ਵਿੱਚ ਉਵੇਂ ਪਈ ਰਹਿਣ ਦੀਏ ਅਤੇ ਉੱਤੇ ਉਹਦੇ ਅਤੇ ਉਹਦੇ ਵਿੱਚ ਬਿਜਾਈ ਕਰ ਦਈਏ। ਉਹਦੇ ਨਾਲ ਅਸੀਂ ਇੱਕ ਹੈਪੀ ਸੀਡਰ ਮਸ਼ੀਨ ਆਜ਼ਾਦ ਕੀਤੀ ਸੀ 2006-07 ਦੇ ਵਿੱਚ। ਉਹਦੇ ਨਾਲ ਕੀ ਹੈ ਕਿ ਤੁਸੀਂ ਪਰਾਲੀ ਨੂੰ ਉਸੇ ਤਰੀਕੇ ਨਾਲ ਜ਼ਮੀਨ 'ਤੇ ਪੈ ਰਹਿਣ ਦਿੰਦੇ ਹਾਂ ਅਤੇ ਉਹਦੇ ਥੱਲੇ ਖਾਦ ਅਤੇ ਬੀਜ ਜਿਹੜਾ ਹੈਗਾ ਉਹ ਬੀਜਿਆ ਜਾਂਦਾ, ਤਾਂ ਪਰਾਲੀ ਦੇ ਵਿੱਚੋਂ ਕਣਕ ਨਿਕਲ ਆਉਂਦੀ ਆ ਅਤੇ ਕਣਕ ਦੀ ਪੂਰੀ ਫਸਲ ਹੁੰਦੀ ਆ, ਉਹਦਾ ਕੋਈ ਝਾੜ ਘਾਟਾ ਨਹੀਂ ਪੈਂਦਾ ਹੈਗਾ। ਦੂਸਰਾ ਤਰੀਕਾ ਹੈ ਕਿ ਅਸੀਂ ਪਰਾਲੀ ਨੂੰ ਜ਼ਮੀਨ ਦੇ ਵਿੱਚ ਮਿਕਸ ਕਰ ਦਈਏ, ਜ਼ਮੀਨ 'ਚ ਦਬਾ ਦਈਏ। ਉਹਦੇ ਲਈ ਸਾਡੇ ਕੋਲ ਇੱਕ ਸਟਰਾ ਚੋਪਰ ਮਲਚਰ ਮਸ਼ੀਨ ਅਸੀਂ ਬਣਾਈ ਸੀ, ਉਹਨੂੰ ਅੱਜ ਕੱਲ੍ਹ ਮਲਚਰ ਦੇ ਨਾਮ ਨਾਲ ਜ਼ਿਆਦਾ ਮਸ਼ਹੂਰ ਹੋਈ ਆ। ਉਹ ਅਸੀਂ 2002 ਦੇ ਵਿੱਚ ਤਿਆਰ ਕਰ ਲਈ ਸੀ ਮਸ਼ੀਨ। ਉਹਦੇ ਨਾਲ ਕੀ ਹੈ, ਪਰਾਲੀ ਦਾ ਕੁਤਰਾ ਕੀਤਾ ਜਾ ਸਕਦਾ, ਕੁਤਰਾ ਕਰਕੇ ਰੋਟਾਵੇਟਰ ਨਾਲ ਵੀ ਮਿਕਸ ਕੀਤੀ ਜਾ ਸਕਦੀ ਹੈ, ਕਈ ਕਿਸਾਨ ਕਰ ਰਹੇ ਆ, ਨਹੀਂ ਫਿਰ ਅਲਟਾਵੇਂ ਹਾਲ ਨਾਲ ਉਹਨੂੰ ਡੂੰਘਾ ਦੱਬਿਆ ਜਾ ਸਕਦਾ। ਮਾਲ ਸਾਹਿਬ, ਮੈਂ ਇੱਕ ਗੱਲ ਹੋਰ, ਜਿਹੜੀ ਪੰਜਾਬ ਦੀ ਕਿਸਾਨੀ ਨੂੰ, ਖਾਸ ਕਰਕੇ ਕਿਸਾਨਾਂ ਨੂੰ ਝੋਨੇ ਦੀ ਫਸਲ ਤੋਂ ਬਾਅਦ ਜਿਹੜੀ ਦਰਪੇਸ਼ ਸਮੱਸਿਆ ਆਉਂਦੀ ਹੈ, ਉਹ ਹੈ ਕਿ ਨਾੜ ਦੀ ਜਿਹੜੀ ਸਮੱਸਿਆ, ਝੋਨੇ ਦੀ ਪਰਾਲੀ ਨੂੰ ਜਦੋਂ ਆਪਾਂ ਅੱਗ ਲਾਉਂਦੇ ਹਾਂ ਤਾਂ ਵਾਤਾਵਰਨ ਬੜਾ ਪ੍ਰਦੂਸ਼ਿਤ ਹੁੰਦਾ, ਅਤੇ ਸਰਕਾਰ ਵੀ ਇਸ ਮਾਮਲੇ ਨੂੰ ਲੈ ਕੇ ਥੋੜ੍ਹੀ ਸਖਤ ਹੋਈ ਹੈ ਕਾਨੂੰਨ ਦੇ ਵਿੱਚ, ਇਹਦਾ ਕੀ ਕੋਈ ਸਾਰਥਕ ਹੱਲ ਯੂਨੀਵਰਸਿਟੀ ਵੱਲੋਂ ਜਿਹੜਾ ਦਿੱਤਾ ਗਿਆ ਕਿਸਾਨਾਂ ਨੂੰ, ਜਾਂ ਕਿਸਾਨ ਉਹਨੂੰ ਅਪਲਾਈ ਕਰ ਰਹੇ ਨੇ, ਜਾਂ ਕਿਤੇ ਹਾਲੇ ਦਿੱਕਤ ਆ ਰਹੀ ਹੈ? ਬਿਲਕੁਲ, ਤੁਸੀਂ ਸਹੀ ਕਿਹਾ ਬਿੱਟੂ ਜੀ, ਇਹ ਬਹੁਤ ਵੱਡਾ ਮਸਲਾ ਬਣ ਗਿਆ। ਅਖਬਾਰਾਂ
ਲਗਾਤਾਰ ਕਰਕੇ ਆਪਣਾ ਇੰਨਾ ਨੁਕਸਾਨ ਨਹੀਂ ਕਰ ਸਕਦੇ। ਸੋ ਉਹਦਾ ਹੱਲ ਲੱਭਣਾ ਬਹੁਤ ਜ਼ਰੂਰੀ ਆ। ਮੈਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਗਭਗ ਪਿਛਲੇ 15 ਸਾਲਾਂ ਤੋਂ ਇਸ ਮਸਲੇ ਨੂੰ ਹੱਲ ਕਰਨ 'ਤੇ ਕੰਮ ਕਰ ਰਹੀ ਆ। ਸਾਡੇ ਕੋਲ ਕਈ ਤਰ੍ਹਾਂ ਦੇ ਹੱਲ ਨੇ ਪਰਾਲੀ ਨੂੰ ਨਜਿੱਠਣ ਲਈ। ਪਹਿਲੀ ਗੱਲ ਤਾਂ ਹੈ ਜੀ, ਪਰਾਲੀ ਨੂੰ ਖੇਤ ਦੇ ਵਿੱਚ ਹੀ ਰੱਖਣਾ, ਜਿਹੜਾ ਕਿ ਅਸੀਂ ਕਹਿੰਦੇ ਹਾਂ ਖੇਤ ਦੇ ਵਿੱਚ ਰੱਖਣਾ ਚਾਹੀਦਾ, ਜਿਹਦੇ ਨਾਲ ਜ਼ਮੀਨ ਦੀ ਸਿਹਤ ਜਿਹੜੀ ਹੈਗੀ ਆ ਉਹ ਹੋਰ ਵਧੀਆ ਹੋ ਜਾਂਦੀ ਆ। ਉਹਦੇ ਲਈ ਸਾਡੇ ਕੋਲ 3 ਤਰ੍ਹਾਂ ਦੀਆਂ ਮਸ਼ੀਨਾਂ ਨੇ। ਪਹਿਲਾਂ ਤਾਂ ਹੈ ਕਿ ਪਰਾਲੀ ਨੂੰ ਜਿਹੜਾ ਹੈਗਾ ਹੈਪੀ ਸੀਡਰ ਮਸ਼ੀਨ ਆ, ਉਹਦੇ ਨਾਲ ਪਰਾਲੀ ਝੋਨੇ ਦੀ ਕੰਬਾਈਨ ਨਾਲ ਕਟਾਈ ਤੋਂ ਬਾਅਦ ਕਣਕ ਦੀ ਸਿੱਧੀ ਬਿਜਾਈ ਕਰ ਸਕਦੇ ਹਾਂ। ਉਹਦੇ ਨਾਲ ਪਰਾਲੀ ਜਿਹੜੀ ਹੈ ਕਿ ਜ਼ਮੀਨ ਦੇ ਉੱਤੇ ਪਈ ਰਹਿੰਦੀ ਆ ਅਤੇ ਬੀਜ ਅਤੇ ਖਾਦ ਜਿਹੜੀ ਹੈ ਕਿ ਜ਼ਮੀਨ ਦੇ ਵਿੱਚ ਬੀਜੀ ਜਾਂਦੀ ਆ, ਤਾਂ ਕਣਕ ਜਿਹੜੀ ਹੈਗੀ ਉਹ ਪਰਾਲੀ ਦੇ ਵਿੱਚੋਂ ਬਾਹਰ ਆ ਜਾਂਦੀ ਆ ਅਤੇ ਝਾੜ ਉਹਦਾ ਉੱਦਾਂ ਹੀ ਨਿਕਲਦਾ। ਉਹਦੇ ਨਾਲ ਪਰਾਲੀ ਉੱਤੇ ਜ਼ਮੀਨ 'ਤੇ ਪਈ ਰਹਿੰਦੀ ਆ ਅਤੇ ਹੌਲੀ ਹੌਲੀ ਜਦੋਂ ਕਣਕ ਦੀ ਫਸਲ ਵੱਧਦੀ ਆ ਉਹ ਆਪਣੇ ਆਪ ਉੱਤੇ ਪਈ ਗਲ ਜਾਂਦੀ ਆ ਤਾਂ ਆਪਣੇ ਆਪ ਖਤਮ ਹੋ ਜਾਂਦੀ ਆ। ਦੂਸਰਾ ਤਰੀਕਾ ਹੈ ਕਿ ਅਸੀਂ ਉਹਦੀ ਕੁਤਰਾ ਕਰ ਸਕਦੇ ਹਾਂ, ਉਹਦਾ ਅਸੀਂ ਸਟਰਾ ਚੋਪਰ ਅਸੀਂ ਮਸ਼ੀਨ ਕਹਿੰਦੇ ਹਾਂ। ਅੱਜ ਕੱਲ੍ਹ ਮਲਚਰ ਦੇ ਨਾਂ ਨਾਲ ਮਸ਼ਹੂਰ ਹੋਈ ਆ, ਉਹ 1.25 ਲੱਖ ਦੀ ਮਸ਼ੀਨ ਆ, ਉਹਦੇ ਨਾਲ ਪਰਾਲੀ ਦਾ ਕੁਤਰਾ ਕਰਕੇ ਉਹਨੂੰ ਖੇਤ ਦੇ ਵਿੱਚ ਵਿਛਾ ਸਕਦੇ ਹਾਂ। ਉਹ ਤੋਂ ਬਾਅਦ ਫਿਰ ਉਹਨੂੰ ਰੋਟਾਵੇਟਰ ਦੇ ਨਾਲ ਜਾਂ ਮੋਲ ਪਲਿਓ ਜਿਹਨੂੰ ਅਲਟਾ ਮਾਲ ਕਹਿੰਦੇ ਆ ਉਹਦੇ ਨਾਲ ਉਹ ਜ਼ਮੀਨ 'ਚ ਦੱਬ ਸਕਦੇ ਹਾਂ। ਡਾਕਟਰ ਸਾਹਿਬ, ਇੱਥੇ ਇੱਕ ਕਿਸਾਨਾਂ ਦੀ ਜਿਹੜਾ ਉਹ ਹਮੇਸ਼ਾ ਹੀ ਉਹਨਾਂ ਦਾ ਲਾਂਭਾ ਰਹਿੰਦਾ ਕਿ ਜਦੋਂ ਅਸੀਂ ਪਰਾਲੀ ਨੂੰ ਧਰਤੀ ਦੇ ਵਿੱਚ ਵਾਹ ਕੇ ਜਾਂ ਵਿੱਚ ਰਲਾਉਂਦੇ ਹਾਂ ਤਾਂ ਉਸ ਸਮੇਂ ਜਾਂ ਤਾਂ ਪਾਣੀ ਜ਼ਿਆਦਾ ਲਾ ਕੇ ਸਾਨੂੰ ਗਲਣਾ ਪੈਂਦਾ, ਪਾਣੀ ਦੀ ਵੀ ਦੁਰਵਰਤੋਂ ਹੋ ਜਾਂਦੀ ਹੈ, ਅਤੇ ਦੂਸਰਾ ਕਈ ਵਾਰੀ ਉਹ ਸਮੇਂ 'ਤੇ ਗਲਦੀ ਨਹੀਂ ਜਾਂ ਸਾਨੂੰ ਤੇਲ ਜ਼ਿਆਦਾ ਮਚਾਉਣਾ ਪੈਂਦਾ। ਦੇਖੋ, ਜੇ ਝੋਨੇ ਦਾ ਪਾਣੀ ਅਸੀਂ ਸਹੀ ਟਾਈਮ 'ਤੇ ਬੰਦ ਕਰ ਦਈਏ ਤਾਂ ਉਹੀ ਪਾਣੀ ਅਸੀਂ ਉਹਦਾ ਕੁਤਰਾ ਕਰਨ ਤੋਂ ਬਾਅਦ ਪਰਾਲੀ ਨੂੰ ਜਦੋਂ ਥੱਲੇ ਦੱਬਦੇ ਹਾਂ ਉਹਨੂੰ ਕਰ ਸਕਦੇ ਹਾਂ। ਸੋ ਪਾਣੀ ਐਕਸਟਰਾ ਨਹੀਂ ਲੱਗਦਾ। ਉਹ ਜਿਹੜਾ ਝੋਨੇ ਦੇ ਅਖੀਰਲੇ ਪਾਣੀ ਆ ਉਹ ਅਸੀਂ ਝੋਨੇ ਵਾਸਤੇ ਨਹੀਂ ਲਾਉਂਦੇ, ਉਸੇ ਗਿੱਲ ਦੇ ਵਿੱਚ ਕਣਕ ਬੀਜਣ ਲਈ ਲਾਉਂਦੇ ਹਾਂ। ਉਹ ਪਾਣੀ ਤੁਸੀਂ ਕਣਕ ਨੂੰ ਬੀਜਣ ਤੋਂ ਪਹਿਲਾਂ ਰੌਣੀ ਕਰੋ ਉਹਦੀ, ਸੋ ਪਾਣੀ ਦੀ ਕੋਈ ਇਹਦੇ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ। ਦੂਜਾ ਜਿਹੜਾ ਹੈਪੀ ਸੀਡਰ ਦੀ ਮੈਂ ਗੱਲ ਕੀਤੀ ਆ ਉਹਦੇ ਨਾਲ ਤਾਂ ਇੱਕ ਪਾਣੀ ਬਚ ਜਾਂਦਾ, ਕਿਉਂਕਿ ਜ਼ਮੀਨ ਦੇ ਉੱਤੇ ਪਰਾਲੀ ਪਈ ਹੋਣ ਕਰਕੇ ਜਿਹੜੀ ਸਿੱਲ ਹੈ ਉਹ ਜ਼ਮੀਨ ਤੋਂ ਘੱਟ ਉੱਡਦੀ ਆ, ਤਾਂ ਉਹਦੇ ਨਾਲ ਪਾਣੀ ਦੀ ਸਗੋਂ ਬੱਚਤ ਹੁੰਦੀ ਹੈਗੀ ਹੈਪੀ ਸੀਡਰ ਦੇ ਨਾਲ। ਬਾਕੀ ਦੂਸਰੀ ਗੱਲ ਇਹ ਹੈ ਕਿ ਇਹਦੇ ਡੀਜ਼ਲ ਦਾ ਖਰਚਾ ਹੁੰਦਾ, ਜ਼ੋਰ ਲਾਉਣਾ ਪੈਂਦਾ, ਟਰੈਕਟਰ ਦਾ ਜ਼ੋਰ ਲੱਗਦਾ ਹੈਗਾ, ਡੀਜ਼ਲ ਦਾ ਖਰਚਾ ਹੁੰਦਾ ਤਕਰੀਬਨ 1500-2000 ਤੱਕ ਪਰ ਏਕੜ ਖਰਚਾ ਆ ਜਾਂਦਾ। ਪਰ ਸਾਡੇ ਜਿਹੜੇ ਲੰਬੇ ਸਮੇਂ ਦੇ ਤਜਰਬੇ ਆ ਉਹ ਸਾਨੂੰ ਇਹ ਦੱਸਦੇ ਆ ਕਿ ਜੇ ਅਸੀਂ ਪਰਾਲੀ ਨੂੰ ਹਰ ਸਾਲ ਜ਼ਮੀਨ ਦੇ ਵਿੱਚ ਵਾਹੁੰਦੇ ਰਹੀਏ, ਜ਼ਮੀਨ ਦੇ ਵਿੱਚ ਹੀ ਰੱਖ ਲਈਏ, ਤਾਂ 3 ਸਾਲਾਂ ਬਾਅਦ ਝਾੜ ਵਧਣੇ ਸ਼ੁਰੂ ਹੋ ਜਾਂਦੇ ਆ। ਤਾਂ ਅਸੀਂ ਇਹ ਦੇਖਿਆ ਹੈ ਕਿ 4 ਸਾਲਾਂ ਬਾਅਦ ਜਿਹੜੇ ਝਾੜ ਵੱਧਦੇ ਆ ਉਹ ਕਣਕ ਦਾ ਵੀ ਅਤੇ ਝੋਨੇ ਦਾ ਵੀ, ਦੋਨੇ ਝਾੜ ਜਿਹੜੇ ਹੈਗੇ ਆ ਉਹਦੇ 'ਚ ਵਾਧਾ ਹੁੰਦਾ, ਉਹਦੇ ਨਾਲ ਜਿਹੜਾ ਸਾਡਾ ਵਾਧੂ ਖਰਚਾ ਉਹ ਆਪਣੇ ਆਪ ਸਾਡਾ ਵਾਪਸ ਆ ਜਾਂਦਾ। ਅਤੇ ਇਸ ਤੋਂ ਇਲਾਵਾ ਜਦੋਂ ਪਰਾਲੀ ਜ਼ਮੀਨ ਦੇ ਵਿੱਚ ਵਾਹੀ ਜਾਂਦੀ ਹੈ ਉਹਦੇ ਨਾਲ ਜਿਹੜੀ ਜੈਵਿਕ ਕਾਰਬਨ ਹੈ ਉਹ ਜੈਵਿਕ ਕਾਰਬਨ ਦੀ ਮਾਤਰਾ ਇਹ ਦੱਸਦੀ ਆ ਕਿ ਸਾਡੀ ਜ਼ਮੀਨ ਕਿੰਨੀ ਕੁ ਵਧੀਆ, ਜੈਵਿਕ ਜਿਹੜੀ ਕਾਰਬਨ ਆ ਉਹਦੀ ਮਾਤਰਾ ਵਧਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਜੈਵਿਕ ਕਾਰਬਨ ਦੀ ਮਾਤਰਾ ਵਧਦੀ ਆ ਤਾਂ ਖਾਦਾਂ ਨੂੰ ਅਤੇ ਬਾਕੀ ਤੱਤਾਂ ਨੂੰ ਅਤੇ ਪਾਣੀ ਨੂੰ ਵਰਤਣ ਦੀ ਜਿਹੜੀ ਜ਼ਮੀਨ ਦੀ ਸ਼ਕਤੀ ਆ, ਐਫੀਸ਼ੀਐਂਸੀ ਆ, ਉਹ ਇੰਪਰੂਵ ਹੋ ਜਾਂਦੀ ਆ। ਉਹਦੇ ਨਾਲ ਅਸੀਂ ਕੁਛ ਸਮੇਂ ਤੋਂ ਬਾਅਦ ਘੱਟ ਖਾਦਾਂ ਨਾਲ ਓਨੀ ਪ੍ਰੋਡਕਟੀਵਿਟੀ, ਓਨੀ ਫਸਲ ਕੱਢ ਸਕਦੇ ਹਾਂ ਜਾਂ ਓਨੀਆਂ ਖਾਦਾਂ ਨਾਲ ਹੋਰ ਫਸਲ ਵੱਧ ਸਕਦੇ ਹਾਂ। ਸੋ ਜਿਹੜਾ ਖਰਚਾ ਹੁੰਦਾ ਸ਼ੁਰੂ 'ਚ ਉਹ 3 ਸਾਲਾਂ ਬਾਅਦ ਮੁੜਨਾ ਸ਼ੁਰੂ ਹੋ ਜਾਂਦਾ, ਕਿਉਂਕਿ ਖੇਤੀ ਇੱਕ ਦਿਨ ਦਾ ਤਾਂ ਕੰਮ ਹੈ ਨਹੀਂ ਹੈ, ਇਹ ਤਾਂ ਸਾਡੀਆਂ ਪੀੜ੍ਹੀ ਦਰ ਪੀੜ੍ਹੀ ਸਾਡਾ ਧੰਦਾ। ਸੋ ਇਸ ਕਰਕੇ ਜੇ ਅਸੀਂ ਉਸ ਪਾਸੇ ਚੱਲਾਂਗੇ ਸਾਨੂੰ 2 ਸਾਲ ਸਬਰ ਰੱਖਣਾ ਪਊਗਾ, ਉਸ ਤੋਂ ਬਾਅਦ ਸਾਡਾ ਆਪਣੇ ਆਪ ਜਿਹੜਾ ਐਕਸਟਰਾ ਖਰਚਾ ਉਹ ਵਾਪਸ ਮਿਲਣਾ ਸ਼ੁਰੂ ਹੋ ਜਾਂਦਾ ਹੈ। ਡਾਕਟਰ ਸਾਹਿਬ, ਆਪਾਂ ਜਾਂਦੇ ਜਾਂਦੇ ਇੱਕ ਗੱਲ, ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਹਰ ਸਾਲ ਸਾਲ ਦੇ ਵਿੱਚ 2 ਵਾਰ ਮੇਲੇ ਕਰਵਾਏ ਜਾਂਦੇ ਨੇ, ਇਹ ਕਿਸਾਨ ਮੇਲਿਆਂ ਦਾ ਜਿਹੜਾ ਮੁੱਖ ਮਨੋਰਥ ਕੀ ਹੈ ਅਤੇ ਕਿਸਾਨ ਕੀ ਮੰਨਦੇ ਹੋ ਤੁਸੀਂ, ਕਿੰਨਾ ਕਲਾਹਾ ਜਿਹੜਾ ਇਹਨਾਂ ਮੇਲਿਆਂ ਤੋਂ ਹਾਸਲ ਕਰ ਰਹੇ ਨੇ? ਦੇਖੋ, ਹਾੜੀ ਸਾਉਣੀ ਅਸੀਂ ਸਤੰਬਰ ਅਤੇ ਮਾਰਚ ਦੇ ਮਹੀਨੇ 6-7 ਕਿਸਾਨ ਮੇਲੇ ਲਾਉਂਦੇ ਹਾਂ। ਮਾਰਚ ਦੇ ਕਿਸਾਨ ਮੇਲੇ ਹੁਣ ਚੱਲ ਰਹੇ ਨੇ, ਕਿਸਾਨਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਕਿਸਾਨ ਵੀਰ ਇੱਥੇ ਆਉਂਦੇ ਨੇ। ਅਤੇ ਜਿਹੜਾ ਲੁਧਿਆਣੇ 2 ਦਿਨ ਦਾ ਰੋਜ਼ਾ ਮੇਲ, 2 ਰੋਜ਼ਾ ਮੇਲਾ ਲੱਗਦਾ, ਉਹਦੇ 'ਚ 1 ਲੱਖ ਤੋਂ ਵੱਧ ਕਿਸਾਨ ਆਉਂਦੇ ਨੇ। ਕਿਸਾਨ ਮੇਲਿਆਂ ਦਾ ਸਭ ਤੋਂ ਵੱਡਾ ਫਾਇਦਾ ਇਹ ਆ ਕਿ ਜੋ ਕੁਛ ਵੀ ਅਸੀਂ ਸੋਚ ਸਕਦੇ ਹਾਂ ਉਹ ਤੁਹਾਨੂੰ ਮੇਲੇ 'ਚ ਮਿਲਦਾ। ਮੇਲੇ ਦੇ ਵਿੱਚ ਹਰ ਵਿਸ਼ੇ 'ਤੇ, ਹਰ ਫਸਲ 'ਤੇ ਸਾਇੰਸਦਾਨ ਖੜ੍ਹਾ ਹੁੰਦਾ, ਬੈਠਾ ਵੀ ਨਹੀਂ ਹੁੰਦਾ, ਖੜ੍ਹਾ ਹੁੰਦਾ ਕਿਸਾਨ ਨੂੰ ਮਿਲਣ ਲਈ, ਉਹਦੇ ਨਾਲ ਗੱਲਬਾਤ ਕਰਨ ਲਈ, ਉਹਦੀਆਂ ਗੱਲਾਂ ਸੁਣਨ ਲਈ, ਉਹਦੇ ਸਵਾਲਾਂ ਦੇ ਜਵਾਬ ਦੇਣ ਲਈ। ਅਤੇ ਉਹਦੇ ਕੋਲ ਪ੍ਰਦਰਸ਼ਨੀਆਂ ਹੁੰਦੀਆਂ ਜਿਹੜੀ ਫਸਲ ਮੌਸਮ ਅਨੁਸਾਰ ਲੱਗੀ ਹੋਈ ਆ, ਵੀ ਖੇਤ ਦੇ ਵਿੱਚ ਅਸੀਂ ਆਹ ਤਜਰਬਾ ਕੀਤਾ, ਆਹ ਵਰਾਇਟੀ ਬੀਜੀ ਆ, ਇਹ ਇਸ ਤਰ੍ਹਾਂ ਦੀ ਆ, ਇਹ ਇਸ ਤਰ੍ਹਾਂ ਦੀ ਆ, ਉਹਨਾਂ ਨੂੰ ਆਪਸ ਵਿੱਚ ਮੁਕਾਬਲਾ ਕਰਾਉਣਾ, ਕੰਪੇਅਰ ਕਰਨੀ ਆ, ਸਭ ਕੁਝ ਹਾਸਲ ਹੁੰਦਾ। ਜੇਕਰ ਕਿਸਾਨਾਂ ਦਾ ਕੋਈ ਮਸਲਾ ਉੱਥੇ ਸੋਲਵ ਕੀਤਾ ਜਾ ਸਕਦਾ। ਦੂਜਾ, ਸਾਡੇ ਵਿਗਿਆਨੀਆਂ ਨੂੰ ਉਹਦਾ ਫਾਇਦਾ ਇਹ ਹੁੰਦਾ, ਜੇ ਕੋਈ ਕਿਸਾਨੀ ਦੇ ਵਿੱਚੋਂ ਕੋਈ ਮਸਲਾ ਸਾਨੂੰ ਪਤਾ ਲੱਗਦਾ ਅਸੀਂ ਉਹ ਸਿੱਖ ਲੈਂਦੇ ਹਾਂ, ਸਾਨੂੰ ਉਹਦੇ ਬਾਰੇ ਪਤਾ ਲੱਗ ਜਾਂਦਾ, ਫਿਰ ਅਸੀਂ ਉਹਦੇ 'ਤੇ ਖੋਜ ਕਰਕੇ ਉਹ ਮਸਲੇ ਨੂੰ ਸੋਲਵ ਕਰਨ ਵਾਲੇ ਪਾਸੇ ਤੁਰ ਪੈਂਦੇ ਹੈਗੇ ਹਾਂ। ਸੋ ਇਹਦੇ 'ਚ ਕਿਸਾਨਾਂ ਨੂੰ ਵੀ ਸਿੱਖਣ ਨੂੰ ਮਿਲਦਾ, ਸਾਡੇ ਵਿਗਿਆਨੀਆਂ ਨੂੰ ਵੀ ਸਿੱਖਣ ਨੂੰ ਮਿਲਦਾ। ਇਸ ਤੋਂ ਇਲਾਵਾ ਕਿਸਾਨਾਂ ਦੇ ਸਟੇਜ ਦੇ ਉੱਤੋਂ ਸਵਾਲ ਜਵਾਬ ਹੁੰਦੇ ਆ,
ਹੋਰ ਬੁੱਧੀਜੀਵੀ ਉੱਥੇ ਆਏ ਹੁੰਦੇ ਆ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਲਈ। ਪ੍ਰਦਰਸ਼ਨੀਆਂ ਤੋਂ, ਸਰਕਾਰੀ ਪ੍ਰਦਰਸ਼ਨੀ ਤੋਂ ਇਲਾਵਾ, ਯੂਨੀਵਰਸਿਟੀ ਸਾਇੰਸਦਾਨਾਂ ਤੋਂ ਇਲਾਵਾ, ਉੱਥੇ ਜਿਹੜੇ ਪ੍ਰਾਈਵੇਟ ਅਦਾਰੇ ਨੇ, ਚਾਹੇ ਇੰਡਸਟਰੀ ਆ ਜਾਂ ਕੋਈ ਖਾਦ ਵਾਲੀਆਂ ਇੰਡਸਟਰੀਆਂ ਨੇ, ਉਹਨਾਂ ਦੇ ਵੀ ਉੱਥੇ ਸਟਾਲ ਲੱਗੇ ਹੁੰਦੇ ਨੇ। ਜੇ ਕਿਸੇ ਕਿਸਾਨ ਨੇ ਕੋਈ ਨਵੀਂ ਮਸ਼ੀਨਰੀ ਖਰੀਦਣੀ ਆ, ਉੱਥੇ ਕਿੰਨੀਆਂ ਕਿਸਮ ਦੀ ਮਸ਼ੀਨਰੀ ਪਈ ਹੋਊਗੀ ਉਹ ਕੰਪੇਅਰ ਕਰ ਸਕਦਾ, ਕਿਹੜੇ ਦੀ ਕਿੰਨੀ ਪ੍ਰਾਈਸ ਆ, ਉੱਥੇ ਉਹ ਆਪਣੀ ਮਸ਼ੀਨ ਸਿਲੈਕਟ ਕਰ ਸਕਦਾ। ਬਾਕੀ ਕਿਸਾਨ ਆਪਸ ਦੇ ਵਿੱਚ ਇੰਟਰੈਕਟ ਕਰ ਸਕਦੇ ਆ, ਉੱਥੇ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਆ, ਸਿੱਖ ਸਕਦੇ ਆ। ਸੋ ਇਹ ਮੇਲਾ ਪੰਜਾਬ ਦਾ ਮੇਲਿਆਂ ਦਾ ਜਿਹੜਾ ਹੈਗਾ ਸੂਬਾ, ਪਰ ਜਿਹੜੇ ਖੇਤੀ ਮੇਲੇ ਨੇ, ਇਹ ਕਿਸਾਨੀ ਦੇ ਮੇਲੇ ਨੇ, ਇਹ ਸਾਇੰਸ ਦੇ ਮੇਲੇ ਨੇ, ਇਹ ਕਿਸਾਨਾਂ ਅਤੇ ਸਾਇੰਸਦਾਨਾਂ ਦੇ ਸਾਂਝੇ ਮੇਲੇ ਨੇ। ਸੋ ਮੈਂ ਤਾਂ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਜਿਹੜੇ ਖੇਤੀ ਮੇਲੇ ਲੱਗਦੇ ਨੇ, ਇੱਥੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼ਿਰਕਤ ਕਰਨ, ਆ ਕੇ ਮਿਲੋ ਅਤੇ ਉੱਥੇ ਜੋ ਦੇਖਦਾ ਉਹ ਵਿਗਿਆਨਿਕ ਖੇਤੀ ਸਿੱਖ ਕੇ ਜਾ ਕੇ ਆਪਣਾ ਵੀ ਪਤਾ ਕਰੋ, ਆਪਣੇ ਪਰਿਵਾਰ ਦਾ ਭਲਾ ਕਰੋ ਅਤੇ ਸਮਾਜ ਦਾ ਭਲਾ ਕਰੀਏ ਅਸੀਂ। ਡਾਕਟਰ ਸਾਹਿਬ, ਇਹ ਤਾਂ ਹੋ ਗਈ ਕਿਸਾਨ ਮੇਲਿਆਂ ਦੀ ਗੱਲ। ਇਸ ਤੋਂ ਇਲਾਵਾ ਜੇ ਕਿਸਾਨ ਸਿੱਧੇ ਯੂਨੀਵਰਸਿਟੀ ਤੋਂ ਜਿਹੜੀਆਂ ਨਵੀਆਂ ਖੋਜਾਂ ਜਾਂ ਨਵੇਂ ਬੀਜਾਂ ਜਾਂ ਨਵੀਆਂ ਤਕਨੀਕਾਂ ਨਾਲ ਜੁੜਨਾ ਚਾਹੁੰਦੇ ਆ, ਯੂਨੀਵਰਸਿਟੀ ਨਾਲ ਸੰਪਰਕ ਕਰਨਾ ਚਾਹੁੰਦੇ ਆ, ਜਿਹੜੀਆਂ ਚੀਜ਼ਾਂ ਉਹਨਾਂ ਤੱਕ ਪ੍ਰਾਪਤ ਪਹੁੰਚ ਸਕਣ ਅਤੇ ਉਹ ਪ੍ਰਾਪਤ ਕਰ ਸਕਣ, ਕੋਈ ਅਜਿਹਾ ਨੰਬਰ ਜਾਂ ਸੰਪਰਕ ਤੁਹਾਡਾ? ਦੇਖੋ, ਯੂਨੀਵਰਸਿਟੀ ਦੇ ਵਿੱਚ ਇੱਕ ਤਾਂ ਇਹ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਨੇ, ਚੰਗੀ ਖੇਤੀ ਹੈ, ਪ੍ਰੋਗਰੈਸਿਵ ਫਾਰਮਿੰਗ ਹੈ, ਰਸਾਲਾ ਹਰ ਮਹੀਨੇ ਛਪਦਾ ਅਤੇ ਉਹ ਤੁਹਾਡੇ ਘਰ ਪਹੁੰਚ ਸਕਦਾ, ਕਿਸਾਨ ਵੀਰਾਂ ਦੇ ਘਰ ਪਹੁੰਚ ਸਕਦਾ। ਤੋ ਮੈਂ ਕਿਸਾਨ ਵੀਰਾਂ ਨੂੰ ਕਹੂੰਗਾ ਕਿ ਉਹਦੇ ਮੈਂਬਰ ਬਣਨ ਅਤੇ ਉਹਦਾ ਸਾਲਾਨਾ, ਉਹਦੀ ਉਮਰ ਭਰ ਦੀ ਵੀ ਜਾਂ ਸਾਲਾਨਾ ਚੰਦਾ ਦੇ ਕੇ ਉਹ ਤੁਹਾਡੇ ਘਰ ਆ ਸਕਦਾ, ਘਰ ਬੈਠਿਆਂ ਨੂੰ ਸਾਰੀਆਂ ਖਬਰਾਂ ਪਹੁੰਚਣਗੀਆਂ। ਦੂਜਾ ਹੈ, ਟੈਲੀਵਿਜ਼ਨ ਦੇ ਉੱਤੇ ਪ੍ਰੋਗਰਾਮ ਆਉਂਦੇ ਰਹਿੰਦੇ ਨੇ, ਯੂਨੀਵਰਸਿਟੀ ਵੈਬਸਾਈਟ ਆ, ਉੱਥੇ ਜਾ ਕੇ ਉਹ ਮਸ਼ੀਨ ਸਾਰਾ ਕੁਝ ਦੇਖ ਸਕਦੇ ਆ। ਉੱਥੇ ਪੰਜਾਬੀ ਦੇ ਵੀ ਕਿਸਾਨ ਪੋਰਟਲ ਬਣਿਆ ਹੋਇਆ ਵੈਬਸਾਈਟ ਦੇ ਉੱਤੇ, ਉੱਥੋਂ ਵੀ ਨਵੀਆਂ ਨਵੀਆਂ ਚੀਜ਼ਾਂ ਉਹਨਾਂ ਨੂੰ ਪੜ੍ਹ ਸਕਦੇ ਹਾਂ। ਬਾਕੀ ਮੈਂ ਇਹ ਕਹੂੰਗਾ, ਕਿਸਾਨ ਜਾਂ ਯੂਨੀਵਰਸਿਟੀ ਨਾਲ ਜੁੜਨਗੇ, ਅੱਜ ਕੱਲ੍ਹ ਡਿਜੀਟਲ ਦੁਨੀਆ ਦਾ ਕੰਮ ਹੈਗਾ ਕਿ ਸਾਡੇ ਕੋਲ ਇੱਕ ਫੋਨ ਨੰਬਰ ਹੈ, ਜੇ ਉਸ ਫੋਨ ਨੰਬਰ ਨਾਲ ਕਿਸਾਨ ਵੀਰ ਜੁੜ ਸਕਣ, ਉਹਦੇ ਨਾਲ ਮੈਂ ਦੱਸਦਾ ਉਹਦਾ ਕੀ ਉਸ ਨੰਬਰ ਦੀ ਕੀ ਤਾਕਤ ਹੈ। ਦੇ ਮੋਬਾਈਲ ਨੰਬਰ ਹੈ 82 800 57 707। ਸੋ ਮੈਂ ਇਹਦੇ ਪਰ ਨੰਬਰ ਦੀ ਮੈਂ ਤਾਕਤ ਦੱਸਦਾ, ਜੇ ਕੋਈ ਕਿਸਾਨ ਵੀ ਮੇਰੀ ਗੱਲ ਸੁਣ ਰਹੇ ਆ, ਉਹ ਪੈਨ ਕੱਢ ਲੈਣ ਨੰਬਰ, ਜੇ ਨੋਟ ਕਰਨਾ ਸੌਖਾ ਹੋ ਜਾਂਦਾ ਕਿ ਫਿਰ ਪੈਨ ਦੇ ਕਾਗਜ਼ ਕੋਲ ਨਹੀਂ ਹੁੰਦਾ। ਅਤੇ ਇਹ ਨੰਬਰ ਦੀ ਤਾਕਤ ਇਹ ਆ ਵੀ ਇਹ ਨੰਬਰ ਤੁਸੀਂ ਆਪਣੇ ਮੋਬਾਈਲ ਤੋਂ ਡਾਇਲ ਕਰਨਾ ਇੱਕ ਵਾਰੀ, ਜਦੋਂ ਡਾਇਲ ਕੀਤਾ ਇੱਕ ਘੰਟੀ ਵੱਜੂਗੀ, ਜਦੋਂ ਤੁਹਾਡੀ ਰਿੰਗ ਚਲੇਗੀ ਤੁਸੀਂ ਫੋਨ ਕੱਟ ਦੇਣਾ, ਸਾਡੀ ਮਿਸਡ ਕਾਲ ਸਾਡੇ ਕੋਲ ਆ ਗਈ, ਤੁਸੀਂ ਸਾਡੇ ਨਾਲ ਜੁੜ ਗਏ। ਉਹ ਤੋਂ ਬਾਅਦ ਤੁਹਾਨੂੰ ਹਰ ਬੁੱਧਵਾਰ PAU ਦਾ ਜਿਹੜਾ ਡਿਜੀਟਲ ਅਖਬਾਰ ਆ ਖੇਤੀ ਦੁਨੀਆ, ਉਹ ਤੁਹਾਡੇ ਮੋਬਾਈਲ 'ਤੇ ਆਉਣੀ ਸ਼ੁਰੂ ਹੋਗੀ ਵਟਸਐਪ ਦੇ ਉੱਤੇ। ਤੁਸੀਂ ਆਪਣੇ ਆਪ ਹਰ ਹਫ਼ਤੇ ਤੁਹਾਨੂੰ ਜੋ ਉਸ ਮੌਸਮ ਨਾਲ ਸੰਬੰਧਿਤ ਜੋ ਗੱਲਾਂ ਬਾਤਾਂ ਅਸੀਂ ਕਹਿੰਦੇ ਹਾਂ ਉਹ ਸਾਰੀ ਤੁਹਾਡੇ ਘਰ ਆਉਣਗੀਆਂ, ਤੁਹਾਡੇ ਮੋਬਾਈਲ 'ਤੇ ਤੁਸੀਂ ਦੇਖ ਸਕੋਗੇ। ਹੁਣ ਮੈਂ ਨੰਬਰ ਦੁਬਾਰਾ ਰਿਪੀਟ ਕਰ ਦਿੰਦਾ, ਨੰਬਰ ਹੈ 82 800 57 707। ਬਸ ਇਸ ਨੰਬਰ 'ਤੇ ਇੱਕ ਮਿਸਡ ਕਾਲ ਵਾਰਨੀ ਆ, ਤੁਸੀਂ ਉਮਰ ਭਰ ਲਈ ਹਰ ਹਫ਼ਤੇ ਖਬਰਾਂ ਘਰ ਬੈਠ ਕੇ ਸੁਣਨ ਲਈ ਜੁੜ ਜਾਓਗੇ ਸਾਡੇ ਯੂਨੀਵਰਸਿਟੀ ਦੇ ਨਾਲ। ਸੋ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਦੋਸਤੋ, ਇਹ ਸਨ ਡਾਕਟਰ ਜਸਕਰਨ ਸਿੰਘ ਮਾਲ, ਜਿਨ੍ਹਾਂ ਦੇ ਨਾਲ ਪੰਜਾਬ ਦੀ ਕਿਸਾਨੀ, ਪੰਜਾਬ ਦੀ ਖੇਤੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦੇ ਸੰਬੰਧ ਵਿੱਚ ਆਪਾਂ ਗੱਲਬਾਤ ਕੀਤੀ। ਉਮੀਦ ਹੈ ਤਾਂ ਕਿਸਾਨ ਇਸ ਪ੍ਰੋਗਰਾਮ ਤੋਂ ਜ਼ਰੂਰ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਗੇ। ਬਿੱਟੂ ਚੱਕ ਵਾਲੇ ਹੁੰਦੇ ਹੋ ਇਜਾਜ਼ਤ, ਧੰਨਵਾਦ।